ਗੁਰੂ ਅਮਰਦਾਸ ਪਗਬੰਧ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ ਪਿਆਰ ਸਤਿਕਾਰ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਦੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਜਸ ਸਰਵਣ ਕਰ ਰਹੇ ਹੋ ਆਓ ਬੜੇ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਪ੍ਰੇਮ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਜਸ ਜਿਹੜਾ ਹੈ ਉਹ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਕੱਲ੍ਹ ਆਪ ਜੀ ਨੇ ਇੱਥੋਂ ਤੱਕ ਪ੍ਰਸੰਗ ਸਰਵਣ ਕੀਤਾ ਸੀਗਾ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਤੋਂ ਵਿਦਾ ਹੁੰਦੇ ਹੈ ਪ੍ਰਾਣ ਨਾਥ ਗੋਪੀ ਚੰਦ ਮੰਗਲ ਨਾਥ ਘੁੱਗੂ ਨਾਥ ਈਸ਼ਰ ਨਾਥ ਇਹ ਸਾਰੇ ਜਿਹੜੇ ਸਿੱਧ ਹੈ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹੈ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਸਦਾ ਹੀ ਸਾਡੇ ਕੋਲ ਰਹੋ ਅਸੀਂ ਚਾਹੁੰਦੇ ਹਾਂ ਸਦਾ ਹੀ ਤੁਹਾਡੇ ਦਰਸ਼ਨ ਕਰੀਏ ਸਦਾ ਹੀ ਆਪ ਜੀ ਦੇ ਨਾਲ ਬਚਨ ਕਰੀਏ ਸੁਣੀਏ ਤੁਸੀਂ ਸਦਾ ਹੀ ਇੱਥੇ ਸਾਡੇ ਕੋਲ ਰਹੋ ਮਹਾਰਾਜ ਆਪ ਜੀ ਨੂੰ ਕਿਹੜਾ ਕੋਈ ਬੰਧਨ ਹੈ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਭਾਈ ਇੱਕ ਬੰਧਨ ਸਾਨੂੰ ਵੀ ਹੈ ਕਹਿੰਦੇ ਜੀ ਕਿਹੜਾ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਸੰਤਾਂ ਦੇ ਦਰਸ਼ਨ ਕਰਨੇ ਉਹਨਾਂ ਨਾਲ ਬਚਨ ਬਿਲਾਸ ਕਰਨੇ ਇਹ ਮਹਾਰਾਜ ਕਹਿੰਦੇ ਸਾਨੂੰ ਬੰਧਨ ਹੈ ਥੋੜ੍ਹੀ ਜਿਹੀ ਕੋਈ ਗੱਲ ਕਰ ਲਓ ਹਾਂ ਇਹ ਬੰਧਨ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਸਾਨੂੰ ਹੈ ਇਸ ਕਰਕੇ ਭਾਈ ਤੁਸੀਂ ਸਾਨੂੰ ਜਾਣਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨਾਂ ਤੋਂ ਵਿਦਾ ਲਈ ਹੈ ਸਭ ਸਿੱਧਾਂ ਨੇ ਗੁਰੂ ਜੀ ਨੂੰ ਬੜੇ ਪਿਆਰ ਦੇ ਨਾਲ ਪਿਆਰਿਓ ਵਿਦਾ ਕੀਤਾ ਔਰ ਬਚਨ ਦਿੱਤਾ ਗੁਰੂ ਸਾਹਿਬ ਨੇ ਕਿ ਛੇਤੀ ਤੁਹਾਨੂੰ ਮਿਲਾਂਗੇ ਮਹਾਰਾਜ ਕਹਿੰਦੇ ਆਪਣੇ ਮੇਲੇ ਗੇਲੇ ਮਹਾਰਾਜ ਕਹਿੰਦੇ ਫਿਰ ਹੋ ਜਾਣਗੇ ਛੇਤੀ ਹੋ ਜਾਣਗੇ ਸਿੱਧਾਂ ਨੂੰ ਪਿਆਰ ਵਾਲਿਆਂ ਨੂੰ ਇਸ ਗੱਲ ਦਾ ਭਰੋਸਾ ਵੱਧ ਗਿਆ ਅਤੇ ਜਿਹੜੇ ਸਿੱਧ ਨੇ ਉਹ ਮਹਾਰਾਜ ਨੂੰ ਦੂਰ ਤੱਕ ਛੱਡਣ ਗਏ ਹੁਣ ਸੰਗਤ ਦੀ ਜਿਹੜੀ ਕਥਾ ਸੁਣਨੀ ਹੈ ਨਾ ਤੁਸੀਂ ਬੜੇ ਧਿਆਨ ਨਾਲ ਅਤੇ ਬੜੇ ਪਿਆਰ ਨਾਲ ਕਥਾ ਸੁਣਨੀ ਹੈ ਮਹਾਰਾਜ ਗਰੀਬ ਨਵਾਜ ਚੱਲੀ ਜਾ ਰਹੇ ਹੈ ਅੱਗੇ ਮਹਾਰਾਜ ਇਹੋ ਜਿਹੀ ਥਾਂ 'ਤੇ ਪਹੁੰਚੇ ਹੈ ਜਿੱਥੇ ਬੰਦੇ ਦੀ ਪਹੁੰਚ ਨਹੀਂ ਹੈਗੀ ਜੀ ਜਿੱਥੇ ਪੁਰਾਣਾ ਧਾਰੀ ਮਨੁੱਖ ਦੀ ਪਹੁੰਚ ਨਹੀਂ ਹੈਗੀ
ਮਹਾਰਾਜ ਐਸੀ ਥਾਂ ਤੇ ਸੱਚੇ ਪਾਤਸ਼ਾਹ ਪਹੁੰਚੇ ਜੀ। ਔਰ ਕੱਲੀ ਇਹੋ ਸਾਖੀ ਨਹੀਂ, ਕਈ ਸਾਖੀਆਂ ਐਸੀਆਂ ਆਉਣਗੀਆਂ ਜਿੱਥੇ ਬੰਦਿਆਂ ਦੀ ਆਮ ਇਸ ਲੋਕ ਦੀ ਪਹੁੰਚ ਨਹੀਂ ਹੈਗੀ। ਆ ਅਖੌਤੀ ਜਿਹੜੇ ਪ੍ਰਚਾਰਕ ਬਣੇ ਫਿਰਦੇ ਆ, ਇਹਨਾਂ ਦੀ ਕੀ ਕਿਸੇ ਦੀ ਵੀ ਪਹੁੰਚ ਨਹੀਂ ਹੈਗੀ ਉੱਥੇ ਜੀ, ਪਹੁੰਚ ਨਹੀਂ ਹੈਗੀ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜਿਹੀ ਥਾਂ 'ਤੇ ਮਰਦਾਨਾ ਜੀ ਨੂੰ ਅਤੇ ਬਾਲਾ ਜੀ ਨੂੰ ਲੈ ਕੇ ਜਾਣਾ ਹੈ ਜਿੱਥੇ ਬੰਦੇ ਦੀ ਪਹੁੰਚ ਨਹੀਂ ਹੈਗੀ, ਅਤੇ ਤੁਸੀਂ ਐਡਰੈਸ ਨਾ ਕਥਾ ਸੁਣ ਕੇ ਪੁੱਛਿਓ ਵੀ ਉਹ ਥਾਂ ਕਿਹੜੀ ਹੈ ਜੀ। ਇਹ ਅਗੰਮ ਦੀਆਂ ਬਾਤਾਂ ਨੇ, ਇਸ ਜਗਤ ਵਿੱਚ ਸੂਖਮ ਅਤੇ ਪ੍ਰਗਟ, ਗੁਪਤ ਅਤੇ ਪ੍ਰਗਟ ਬਹੁਤ ਕੁਝ ਵਰਤ ਰਿਹਾ ਹੈ ਜਿਹੜਾ ਬੰਦੇ ਦੀ ਸਮਝ ਵਿੱਚ ਨਹੀਂ ਹੈਗਾ ਜੀ। ਪਿਆਰਿਓ, ਜਦੋਂ ਆਪਾਂ ਸਤਿਗੁਰੂ ਸ਼ਬਦ ਵਰਤਦੇ ਹਾਂ ਨਾ ਗੁਰੂ ਸਾਹਿਬ ਵਾਸਤੇ, ਤੇ ਸਤਿਗੁਰੂ ਸ਼ਬਦ ਵਿੱਚ ਬੜੀ ਵੱਡੀ ਭਾਵਨਾ ਰੱਖਿਆ ਕਰੋ, ਭਰੋਸਾ ਰੱਖਿਆ ਕਰੋ। ਹੁਣ ਅੱਗੋਂ ਆਪਾਂ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਜੋੜੋ ਦੋਵੇਂ ਹੱਥ, ਪਿਆਰ ਦੇ ਨਾਲ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ ਦੋਹਰਾ ਹਿਰਦੈ ਪਦਾਰਥ ਚਾਹੇ ਜੇ ਸਤਿਗੁਰ ਚਰਨ ਸਰੇਓ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਆ ਭਾਈ ਜੇ ਤੁਸੀਂ ਆਪਣੇ ਹਿਰਦੇ 'ਚ ਕੋਈ ਪਦਾਰਥ ਚਾਹੁੰਦੇ ਹੋ, ਚਾਰ ਪਦਾਰਥ ਚਾਹੁੰਦੇ ਹੋ, ਤੇ ਕਹਿੰਦੇ ਕਥਾ ਸੁਣਨ ਵਾਲੇ ਹੋ ਸਿੱਖੋ, ਗੱਲ ਬੜੇ ਧਿਆਨ ਨਾਲ ਸੁਣਿਓ, ਸਭ ਤਰ੍ਹਾਂ ਦੇ ਪਦਾਰਥ ਮਿਲਣਗੇ ਜੇ ਤੁਸੀਂ ਗੁਰੂ ਜੀ ਦੇ ਚਰਨਾਂ ਵਿੱਚ ਆ ਜਾਓਗੇ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਜਾਓ, ਸਭ ਪਦਾਰਥ ਤੁਹਾਨੂੰ ਮਿਲਣਗੇ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਹਾਂਜੀ, ਜੀਵਤ ਪਾਵੋ ਸਰਬ ਸੁਖ ਅੰਤ ਮੁਕਤ ਕੋ ਲੈਓ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਜਿਹੜਾ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਜਾਂਦਾ ਹੈ, ਜਿਉਂਦਿਆਂ ਜੀ ਤੇ ਸਾਰੇ ਸੁੱਖ ਹੀ ਮਿਲਦੇ ਜੀ ਉਹਨੂੰ ਜੀ, ਤੇ ਅੰਤ ਨੂੰ ਮੁਕਤੀ ਦਾ ਫਲ ਮਿਲਦਾ, ਆਤਮਾ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਜੀ ਉਹਦੀ। ਹਾਂਜੀ, ਅਗਰਜ ਗਮਨੇ ਸ੍ਰੀ ਗੁਰੂ ਗਏ ਇੱਕ ਅਸਥਾਨ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੋਂ ਅੱਗੇ ਗਏ ਜੀ, ਅੱਗੇ ਗਏ ਤੇ ਜਾਂਦਿਆਂ ਜਾਂਦਿਆਂ ਇੱਕ ਅਸਥਾਨ ਆਇਆ ਜੀ। ਹਾਂਜੀ, ਕਾਕ ਪਸੁੰਡ ਬੈਠੇ ਬੈਠੋ ਜਹਾਂ ਪੰਖਣ ਬਿਖੇ ਮਹਾਨ। ਜਿੱਥੇ ਬਿਹੰਗਮਾਂ ਦੇ ਵਿੱਚ, ਬਿਹੰਗਮ ਕਹਿੰਦੇ ਆ ਉਹਨਾਂ ਸਾਧੂਆਂ ਨੂੰ ਜਿਹੜੇ ਵਿਆਹ ਨਹੀਂ ਕਰਾਉਂਦੇ ਜੀ, ਉਹਨਾਂ ਨੂੰ ਬਿਹੰਗਮ ਕਹਿੰਦੇ ਆ, ਜਿਹੜੇ ਜੱਤ ਸੱਤ ਵਿੱਚ ਪੂਰੇ ਹੁੰਦੇ ਆ ਜੀ, ਬਿਹੰਗਮ ਜਿਨ੍ਹਾਂ ਵਿੱਚ ਇੱਛਾ ਨਹੀਂ ਹੁੰਦੀ, ਗ੍ਰਸਤ ਦੀ ਇੱਛਾ ਨਹੀਂ ਹੁੰਦੀ। ਬੇਹੰਗਮਾਂ ਦੇ ਵਿੱਚ ਇੱਕ ਰਿਸ਼ੀ ਬੈਠੇ ਹੈ, ਕਾਂ ਵਰਗਾ ਉਹਨਾਂ ਦਾ ਸਰੀਰ 'ਚ, ਅਤੇ ਨਾਮ ਹੈ ਉਹਨਾਂ ਦਾ ਕਾਕ ਪਸੁੰਡ। ਅੱਜ ਕੇ ਆਖੋ ਵਾਹਿਗੁਰੂ। ਹੁਣ ਇਸੇ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਕੋਟ ਵਾਲੀ ਜਿਹੜੀ ਅਸ਼ਟਪਦੀ ਉਚਾਰੀ ਹੈ, ਕਈ ਕੋਟ ਪੰਖੀ ਸਰਪ ਉਪਾਏ, ਕੋਈ ਪਰਮੇਸ਼ਰ ਦੀ ਪਤਾ ਨਹੀਂ ਜੀ। ਜੇ ਸਾਧ ਸੰਗਤ ਜੀ ਨਰਸਿੰਘ ਦਾ ਰੱਬ ਜੀ ਰੂਪ ਧਾਰ ਸਕਦੇ ਹੈ, ਨਰਸਿੰਘ ਦਾ, ਅਤੇ ਨਰਸਿੰਘ ਦੇ ਬਾਰੇ ਤੁਸੀਂ ਸੁਣਿਆ ਵੀ ਅੱਧਾ ਸਰੀਰ ਉੱਪਰ ਵਾਲਾ ਜਿਹੜਾ ਮੁੱਖ ਸ਼ੇਰ ਵਾਲਾ, ਅਤੇ ਧੜ ਜਿਹੜਾ ਉਹ ਮਨੁੱਖ ਵਾਲਾ ਜੀ, ਇਸੇ ਹੀ ਤਰ੍ਹਾਂ ਕਾਕ ਪਸੁੰਡ ਰਿਸ਼ੀ ਨੇ ਜੀ ਬੜੇ ਵੱਡੇ ਜੀ। ਹਾਂਜੀ, ਬਹੁ ਬਿਹੰਗ ਹੈ ਅਣਗਨ ਜਹਿਵਾ, ਜਿੱਥੇ ਬਹੁਤ ਜ਼ਿਆਦਾ ਬਿਹੰਗਮ ਸਾਧੂ ਰਹਿੰਦੇ ਆ। ਕਾਕ ਪਸੁੰਡ ਬਿਰਾਜੇ ਤਹਿਵਾ, ਕਾਕ ਪਸੁੰਡ ਜੀ ਉਹਨਾਂ ਸਾਧੂਆਂ ਦੇ ਵਿੱਚ ਰਹਿੰਦੇ ਆ। ਹਾਂਜੀ, ਵੈਸੇ ਉਹ ਆਪ ਸਭਨ ਕੇ ਮਾਹੀ, ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਤੇ ਮਹਾਰਾਜ ਇੱਕ ਪਾਸੇ ਹੋ ਕੇ ਵੇਖ ਰਹੇ ਹੈ, ਕਾਕ ਪਸੁੰਡ ਜੀ ਨਾ ਸਾਰਿਆਂ ਦੇ ਵਿੱਚ ਬੈਠੇ ਹੈ ਜੀ, ਰਿਸ਼ੀ ਨੇ ਜੀ। ਹਾਂਜੀ,
काक पसुंड बिराजे तहवा उचरत कथा प्रेम उर्म जाही। बैठ्यो आप सबन के माही उचरत कथा प्रेम उर जाही। ते बड़े प्यार नाल काक पसुंड जी कथा सुना रहे है, गज के आखो। श्री परमेश्वर जी दी कथा सुना रहे है संगतां नूं, बेहंगमां नूं। हां जी, सुने प्रीत सो सब बिहंगा। जिन्ने बिहंगम सन ना सारे बड़े प्यार नाल कथा सुन रहे सन जी, हिरदे च प्रेम धार के कथा सुन रहे सन। हां जी, भगत करत जिन प्रेम उमंगा। ते कथा सुन सुन के ना जी उन्हां दे हिरदे विच भगती करन दा चा पैदा हो रहा सीगा जी, ते सारे भगती करन वाले सन बिहंगम। हां जी, वैसे जाए तहां सुखकारी। उथे एक पासे हजूर गरीब नवाज सच्चे पातशाह जाके बैठ गए, ते महाराज कथा सुनन लग पए जी। सच्चे पातशाह भी बैठ गए जाके। हां जी, मैं मरदाना जिन संगारी। भाई बाला जी कहंदे आ, कहंदे मैं भी नाल आ सच्चे पातशाह दे मरदाना दी, असीं दोवें लग गए बैठ के कथा सुनन लग पे। हां जी, कथा करन ते हटगा जब भी। हुण कथा दा भोग पै गया जी। हां जी, ते बंदत पे मिल खग सब ही। ओह जिन्ने बिहंगम साधु आए सी ना उन्हां सारियां दे काक पसुंड जी नूं मत्था टेकिया जी कथा दे भोग तों बाद। हां जी, बहरो केतक काल बितावा। कुछ समा ओह बैठे ते सारे चले गए जी। हुण ओह सारे चले गए, महाराज बैठे काक पसुंड जी दे नेत्र बंद ने। कुछ समा बतीत होया। हां जी, शब्द तब है मरदाने गावा। ते सच्चे पातशाह महाराज भाई मरदाना जी नूं कहण लगे, महाराज कहिंदे मरदानिया शब्द पढ़ बाणी दा। महाराज कहिंदे शब्द पढ़, शब्द सत बचन करके भाई मरदाना जी शब्द पढ़न लग पे जी। दोहरा सुनत शब्द पा प्रेम ते जन कारा काकस देख। ते साध संगत जी हुण ओह शब्द दी आवाज काक पसुंड जी दे कन्नां च वी पवे। भाई मरदाना जी रबाब आप बजा रहे ते आप ही शब्द पढ़ रहे है जी, सतगुरु जी नहीं सी पढ़ रहे जी। ते शब्द सुन के काक पसुंड जी दा जिहड़ा हिरदा होर प्रेम नाल भर गया जी। गुरमुखो बाणी असल पाउंदी है जे पढ़न वाले दा जीवन होवे जी। रज के आखो, बाणी दा ते उंज भी बड़ा असर है पर जदों पढ़न वाले दा जीवन होवे ना जी ते बाणी बहुत ज्यादा असर पाउंदी है। ओ हुण ओहदा मन होर खुश हो गया जी। हां जी, ਵਧਿਓ ਆਨੰਦੋਦ ਅਧਿਕ ਲਗੀ ਸਮਾਧ ਵਿਸ਼ੇਖ। ਤੇ ਵਧਿਓ ਆਨੰਦੋਦ ਅਧਿਕ ਲਗੀ ਸਮਾਧ ਵਿਸ਼ੇਖ। ਕਾਕ ਪਸੁੰਡ ਜੀ ਦੇ ਅੰਦਰ ਦਾ ਆਨੰਦ ਵੱਧ ਗਿਆ ਜੀ, ਤੇ ਸਮਾਧੀ ਲੱਗ ਗਈ ਜੀ। ਸ਼ਬਦ ਸੁਣਦਿਆਂ ਸੁਣਦਿਆਂ ਕਾਕ ਪਸੁੰਡ ਜੀ ਦੀ ਸਮਾਧੀ ਲੱਗ ਗਈ ਜੀ। ਹਾਂਜੀ, ਗਾਇਓ ਕਿਤਕ ਕਾਲ ਮਰਦਾਨੇ। ਕਾਫੀ ਲੰਮਾ ਸਮਾਂ ਭਾਈ ਮਰਦਾਨਾ ਜੀ ਸ਼ਬਦ ਪੜ੍ਹਦੇ ਰਹੇ ਜੀ, ਸ਼ਬਦ ਪੜ੍ਹਦੇ ਰਹੇ। ਉਹ ਆਪਣੇ ਵਾਲਾ ਗੱਲ ਨਹੀਂ ਸੀ ਨਾ ਜੀ, ਬੜੇ ਰਾਮ ਨਾ ਆਨੰਦ ਦੇ ਨਾਲ ਰਾਗ ਦੇ ਵਿੱਚ ਤਾਨਾ ਸਹਿਤ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ, ਅਤੇ ਕਾਕ ਪਸੁੰਡ ਦੀਆਂ ਆਨੰਦ ਵਿੱਚ ਬੈਠ ਗਏ ਜੀ। ਹਾਂਜੀ, ਪੁਨ ਤੂਸ਼ਨ ਵੈਸੇ ਉਹ ਤੇ ਥਾਨੇ। ਫਿਰ ਮਰਦਾਨਾ ਦੀ ਸ਼ਬਦ ਸੰਪੂਰਨ ਕਰਕੇ ਉਸੇ ਥਾਂ ਤੇ ਬੈਠੇ ਰਹੇ ਜੀ। ਹਾਂਜੀ, ਲੋਚਨ ਕਾਕ ਪਸੁੰਡ ਉਘਾਰੇ। ਹੁਣ ਉਹ ਜਦੋਂ ਸ਼ਬਦ ਦੀ ਸੰਪੂਰਨਤਾ ਹੋਈ ਤੇ ਕਾਕ ਪਸੁੰਡ ਜੀ ਦਾ ਜੀ ਨਹੀਂ ਸੀ ਕਰਦਾ ਵੀ ਸ਼ਬਦ ਦੀ ਸੰਪੂਰਨਤਾ ਹੋਵੇ ਜੀ, ਜੀ ਨਹੀਂ ਸੀ ਕਰਦਾ ਜੀ। ਕਾਕ ਪਸੁੰਡ ਜੀ ਨੇਤਰ ਬੰਦ ਕਰਕੇ ਬੜੇ ਪਿਆਰ ਨਾਲ ਸੁਣ ਰਹੇ ਸੀ, ਤੇ ਜਦੋਂ ਸ਼ਬਦ ਸੰਪੂਰਨ ਹੋਇਆ ਤੇ ਅੱਖਾਂ ਖੋਲ੍ਹ ਲਈਆਂ ਉਹਨਾਂ ਨੇ ਜੀ। ਹਾਂਜੀ, ਮਧੁਰ ਮ੍ਰਿਦੁਲ ਮੁਖ ਬਚਨ ਉਚਾਰੇ। ਤੇ ਭਾਈ ਮਰਦਾਨਾ ਜੀ ਨੂੰ ਵੇਖ ਕੇ ਨਾ ਕਾਕ ਪਸੁੰਡ ਜੀ ਪੁੱਛਣ ਲੱਗੇ ਬੜੇ ਮਿੱਠੇ ਸ਼ਬਦਾਂ ਵਿੱਚ। ਹਾਂਜੀ, ਕਿਹੋ ਕੋ ਸ਼ਬਦ ਕਿਹੋ ਕੋ ਇਹੋ ਸ਼ਬਦ ਤੈਂ ਗਾਵਾ। ਕਹਿੰਦੇ ਭਾਈ ਇਹ ਜਿਹੜੀ ਤੂੰ ਬਾਣੀ ਪੜ੍ਹ ਰਿਹਾ ਸਾਂ ਇਹ ਕਿੰਨਾ ਦੀ ਬਾਣੀ ਸੀ।
ਕਿਹਨਾਂ ਦਾ ਉਚਾਰਣ ਕੀਤਾ ਹੋਇਆ ਸ਼ਬਦ ਤੋਂ ਪੜ੍ਹ ਰਿਹਾ ਸਾਂ। ਹਾਂਜੀ ਮਹਾ ਮੋਹ ਬਨ ਕੋ ਜਿਉ ਦਾਵਾ, ਤੇ ਕਹਿੰਦੇ ਬਾਣੀ ਸੁਣ ਕੇ ਤੇ ਅੰਦਰੋਂ ਮਾਣ ਮੋਹ ਤੇ ਵਕਾਰ ਦੂਰ ਹੁੰਦੇ ਆ। ਗੱਜ ਕੇ ਆਖੋ, ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਦੁੱਖ ਜਾਏ। ਤੇ ਹੋਰ ਬੜੇ ਧਿਆਨ ਨਾਲ ਗੱਲ ਸੁਣਿਓ ਪਿਆਰਿਓ, ਗੁਰਬਾਣੀ ਤੇ ਧੁਰ ਕੀ ਬਾਣੀ ਹੈ ਨਾ, ਤੇ ਧੁਰ ਕੀ ਬਾਣੀ ਵਿੱਚ ਰਸ ਐਸਾ, ਇਹਦੇ ਤੋਂ ਇਲਾਵਾ ਸਾਡੇ ਕੁਝ ਵਿਦਵਾਨ ਗੁਰਮੁਖ ਪਿਆਰੇ ਐਸੇ ਹੋਏ ਹੈ, ਜਦੋਂ ਉਹਨਾਂ ਨੇ ਲਿਖਿਆ ਉਹਨਾਂ ਦੀ ਲੇਖਣੀ ਪੜ੍ਹ ਪੜ੍ਹ ਕੇ ਬੰਦੇ ਭਗਤੀ ਕਰਨ ਲੱਗ ਪਏ ਜੀ। ਕਹਿੰਦੇ ਵੇਖੋ, ਕਵੀ ਸੰਤੋਖ ਸਿੰਘ ਜੀ ਦਾ ਗ੍ਰੰਥ ਹੈ ਤੇ ਇਹ ਨਾ ਬਾਣੀ ਦਾ ਇਹ ਭੁਲੇਖਾ ਪਾਉਂਦਾ ਹੈ। ਇਹ ਛੋਟੀ ਗੱਲ ਨਹੀਂ ਹੈ, ਇੰਨੀ ਕਮਾਈ ਭਾਈ ਸੰਤੋਖ ਸਿੰਘ ਜੀ ਦੀ ਵੀ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਵਿੱਚੋਂ ਗੁਰਬਾਣੀ ਵਾਲਾ ਰਸ ਪ੍ਰਾਪਤ ਹੋ ਜਾਂਦਾ। ਹੁਣ ਉਹ ਪੁੱਛਦੇ ਕਹਿੰਦੇ ਤੂੰ ਕਿਹਦੀ ਬਾਣੀ ਪੜ੍ਹੀ ਹੈ, ਬੜਾ ਆਨੰਦ ਆਇਆ। ਹਾਂਜੀ, ਜਿਹ ਕੇ ਸੁਣ ਤਿਓ ਪ੍ਰੇਮ ਉਮੰਗਾ, ਇੰਨਾ ਹਿਰਦੇ 'ਚ ਪਿਆਰ ਉਪਜਿਆ ਹੈ। ਮਾੜਾ ਕੰਮ ਕਰਨ ਤੋਂ ਮਨ ਦੂਰ ਹੁੰਦਾ ਹੈ, ਹਿਰਦੇ 'ਚ ਪਿਆਰ ਉਪਜਿਆ ਹੈ। ਹਾਂਜੀ, ਰਾਗ ਵਿਖੇ ਗਾਇਓ ਹਿਤ ਸੰਗਾ, ਫਿਰ ਤੂੰ ਪੜਿਆ ਵੀ ਬੜੇ ਰਾਗ ਵਿੱਚ, ਐ ਤਾਨਾ ਲਾ ਲਾ ਕੇ, ਅਲਾਪ ਲਾ ਲਾ ਕੇ, ਤੇ ਭਾਈ ਮਰਦਾਨਾ ਜੀ ਨੇ ਸ਼ਬਦ ਪੜਿਆ ਜੀ। ਹਾਂਜੀ, ਤੇ ਕੋ ਨਾਮ ਬਤਾਵੋ ਮੋਹੀ, ਭਾਈ ਗੁਰਮੁਖਾ ਮੈਨੂੰ ਉਹਦਾ ਨਾਮ ਦੱਸ ਜਿਹਦੀ ਬਾਣੀ ਤੂੰ ਪੜ੍ਹੀ ਹੈ। ਕਹਿਣ ਲੱਗੇ ਇਹ ਨੀ ਪਤਾ ਵੀ ਸਾਹਮਣੇ ਬੈਠੇ ਹੈ। ਹਾਂਜੀ, ਭਗਤ ਰੰਗ ਮਹਿ ਰੰਗਿਓ ਹੋਹੀ, ਜ਼ਰੂਰ ਉਹ ਭਗਤੀ ਦੇ ਰੰਗ 'ਚ ਰੰਗੇ ਹੋਣਗੇ ਜਿਨ੍ਹਾਂ ਦੀ ਬਾਣੀ ਦਾ ਤੂੰ ਮੈਨੂੰ ਸ਼ਬਦ ਸੁਣਾਇਆ, ਜਿਨ੍ਹਾਂ ਦੀ ਬਾਣੀ ਤੂੰ ਮੈਨੂੰ ਗਾ ਕੇ ਸੁਣਾਈ ਹੈ। ਫਿਰ ਗੱਲ ਧਿਆਨ ਨਾਲ ਸੁਣਿਓ, ਬਾਣੀ ਤੇ ਉਹੀ ਹੈ, ਉਂਝ ਵੀ ਅਸਰ ਕਰਦੀ ਹੈ, ਪਰ ਜਦੋਂ ਕੋਈ ਜੀਵਨ ਵਾਲਾ ਗੁਰਮੁਖ ਪੜ੍ਹਦਾ ਨਾ ਜੀ, ਉਹ ਬਾਣੀ ਬੰਦੇ ਦੇ ਹਿਰਦੇ ਤੇ ਵਸੀ ਜਾਂਦੀ ਹੈ। ਹੁਣ ਇਹ ਸਮਝਣ ਮਾਤਰ ਨਿਰੇ ਰਾਗ ਤੇ ਹਾਰਮੋਨੀਅਮ ਦੀਆਂ ਟਿਊਨਾਂ ਦੀ ਗੱਲ ਨਾ ਕਰੋ। ਕਈ ਸ਼ਬਦ ਪੜ੍ਹਦੇ ਹੈ ਉਹਦੇ 'ਚ ਕੋਈ ਆਨੰਦ ਨਹੀਂ ਆਉਂਦਾ, ਉਹ ਸ਼ਬਦ ਕਈ ਗੁਰਮੇ ਦੂਜੇ ਗੁਰਮੁਖ ਪਿਆਰੇ ਪੜ੍ਹਦੇ ਆ, ਮਨ ਹੀ ਜੁੜ ਜਾਂਦਾ ਸੁਣ ਕੇ, ਕਿਉਂ ਨਿੱਜੀ ਜੀਵਨ ਹੁੰਦਾ ਜੀ ਉਹਨਾਂ ਦਾ ਜੀ। ਕਹਿੰਦੇ ਮੈਨੂੰ ਦੱਸ ਤੂੰ ਬਾਣੀ ਪੜ੍ਹੀ ਕਿਹਦੀ ਹੈ। ਹਾਂਜੀ, ਸੁਣ ਮਰਦਾਨੇ ਬਚਨ ਬਖਾਨਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਮਰਦਾਨਾ ਜੀ ਨੇ ਸੁਣ ਕੇ ਕਾਕ ਪਸੁੰਡ ਜੀ ਨੂੰ ਫਿਰ ਇੰਜ ਆਖਿਆ, ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ। ਵੇਖ ਲਓ ਭਾਈ ਮਰਦਾਨਾ ਜੀ ਮਹਾਰਾਜ ਦਾ ਨਾਮ ਕਿਵੇਂ ਲੈਂਦੇ ਹੈ, ਇੰਜ ਨਾਮ ਲੈਣਾ ਸੱਚੇ ਪਾਤਸ਼ਾਹ ਦਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਰਿਸ਼ੀ ਜੀ ਇਹ ਬਾਣੀ ਮੇਰੇ ਸਤਿਗੁਰੂ ਦੀ ਉਚਾਰੀ ਹੋਈ ਤੇ ਮੇਰੇ ਸਤਿਗੁਰੂ ਦਾ ਨਾਮ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਜਿਹੜੇ ਸਭ ਗੁਣਾਂ ਦੀ ਖਾਣ ਹਨ, ਸਾਰੇ ਗੁਣ ਹਨ ਮੇਰੇ ਗੁਰੂ ਜੀ ਵਿੱਚ। ਹਾਂਜੀ, ਇਨਕੋ ਸ਼ਬਦ ਹੈ ਜੋ ਗਾਵਾ, ਉਹਨਾਂ ਦਾ ਸ਼ਬਦ ਹੈ। ਤੇ ਕਹਿੰਦੇ ਹੋਰ ਦੱਸਾਂ, ਆ ਬੈਠੇ ਮੇਰੇ ਗੁਰੂ ਜੀ, ਕਹਿੰਦੇ ਇਹਨਾਂ ਦਾ ਸ਼ਬਦ ਹੈ, ਇਹਨਾਂ ਦਾ ਪੜ੍ਹਿਆ ਮੈਂ। ਹਾਂਜੀ, ਨਿਰੰਕਾਰ ਅਵਤਾਰ ਸੁਹਾਵਾ, ਤੇ ਇਹ ਆਪ ਹੀ ਪਰਮੇਸ਼ਰ ਹੀ, ਇਹ ਆਪ ਹੀ ਰੱਬ ਹੀ। ਹਾਂਜੀ, ਕਾਕ ਬਸੁੰਡ ਸੁਣਿਓ ਇਹ ਕਾਨਾ, ਜਦੋਂ ਕਾਕ ਬਸੁੰਡ ਜੀ ਨੇ ਆਪਣੇ ਕੰਨ ਤੋਂ ਇਹ ਗੱਲ ਸੁਣੀ ਵੀ ਇਹਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਹਾਂਜੀ, ਤੂਰਨ ਆਏ ਚਰਨ ਲਪਟਾਨਾ, ਕਾਕ ਭਸੁੰਡ ਜੀ ਆਪਣੀ ਥਾਂ ਤੋਂ ਉੱਠੇ, ਉੱਠ ਕੇ ਆ ਕੇ ਪਰਵਾਹ ਨਹੀਂ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਜੱਫਾ ਹੀ ਮਾਰ ਲਿਆ ਜੀ ਉਹਨਾਂ ਨੇ, ਮਹਾਰਾਜ ਦੇ ਚਰਨਾਂ ਨਾਲ ਲਪਟ ਗਏ ਕਾਕ ਭਸੁੰਡ ਜੀ। ਹਾਂਜੀ, ਤੇ ਕੋ ਪਿਖ ਪੰਖੀ ਸਭ ਆਏ, ਹੁਣ ਉਹ ਜਿੰਨੇ ਬਿਹੰਗਮ ਸਾਧੂ ਨੇ ਰਹਿੰਦੇ ਤੇ ਉੱਥੇ ਸਨ ਸਾਰੇ, ਉਹਨਾਂ ਵੇਖਿਆ ਵੀ ਸਾਡੇ ਮੁਖੀ ਕਾਕ ਭਸੁੰਡ ਜੀ ਜੇ ਇਹਨਾਂ ਦੇ ਚਰਨਾਂ ਨਾਲ ਲਪਟਾ ਗਏ ਹੈ, ਤੇ ਉਹ ਸਾਰੇ ਹੀ ਆਏ ਵੇਖਣ ਵਾਸਤੇ ਵੀ ਕੌਣ ਹੈ।
ਜਿਨ੍ਹਾਂ ਅੱਗੇ ਕਾਕ ਫਸੁੰਡ ਜੀ ਵੀ ਮੱਥਾ ਟੇਕ ਰਹੇ ਹੈ। ਹਾਂਜੀ ਬੰਦਹਿ ਚਰਨ ਕਮਲ ਸੁਖ ਤੇ ਪਾਏ। ਪਿਆਰਿਓ, ਜਿੰਨੇ ਮਹਾਤਮਾ ਸਾਧੂ ਸਨ ਸਾਰਿਆਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਰੱਖ ਦਿੱਤਾ ਜੀ। ਹੁਣ ਕੀ ਗੱਲ ਹੈ, ਕਾਕ ਪਸੁੰਡ ਨੇ ਕੋਈ ਚਰਚਾ ਨਹੀਂ ਕੀਤੀ, ਕੋਈ ਗਿਆਨ ਧਿਆਨ ਦਾ ਸਵਾਲ ਨਹੀਂ ਕੀਤਾ, ਬਸ ਨਾਮ ਸੁਣਦਿਆਂ ਮਹਾਰਾਜ ਦੇ ਚਰਨਾਂ ਨੂੰ ਲਪਟ ਗਏ ਜੀ। ਕਾਰਨ ਕੀ ਹੈ ਉਹ ਸੁਣੋ। ਹਾਂਜੀ, ਕਾਕ ਪਸੁੰਡ ਜੋਰ ਜੁਗ ਹਾਥਾ। ਕਾਕ ਪਸੁੰਡ ਜੀ ਨੇ ਦੋਵੇਂ ਹੱਥ ਜੋੜ ਲਏ ਜੀ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ। ਹਾਂਜੀ, ਬੋਲਿਓ ਬਚਨ ਪ੍ਰਭੂ ਕੇ ਸਾਥਾ। ਤੇ ਰੱਬ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਕਾਕ ਪਸੁੰਡ ਜੀ ਬਚਨ ਕਰਨ ਲੱਗੇ। ਹਾਂਜੀ, ਇਹ ਸੁਧ ਮੋਕੋ ਹੁਤੀ ਅਗਾਰੀ। ਕਹਿੰਦੇ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਕਹਿੰਦੇ ਮੈਨੂੰ ਪਹਿਲਾਂ ਹੀ ਸੁਧ ਮਿਲ ਗਈ ਸੀ, ਮੈਨੂੰ ਪਹਿਲਾਂ ਹੀ ਖਬਰ ਸੀ। ਕੀ ਖਬਰ ਸੀ? ਹਾਂਜੀ, ਪ੍ਰਗਟੈ ਹਰ ਕਲ ਕਾਲ ਮਝਾਰੀ। ਵੀ ਰੱਬ ਕਲਯੁਗ ਵਿੱਚ ਸਰੀਰ ਧਾਰ ਕਰਕੇ ਸੰਸਾਰ ਤੇ ਆ ਰਿਹਾ ਹੈ। ਮੈਨੂੰ ਪਹਿਲਾਂ ਹੀ ਖਬਰ ਸੀ, ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਹਾਂਜੀ, ਜਾਉ ਬਿਲੋਕਨ ਰੂਪ ਕਿਰਪਾਲਾ। ਹਾਂਜੀ, ਯਹੀ ਚਾਹੇ ਥੀ ਹਿਰਦੇ ਬਸਾਲਾ। ਤੇ ਮੇਰੇ ਹਿਰਦੇ ਵਿੱਚ ਇਹ ਬਹੁਤ ਵੱਡੀ ਚਾਹਤ ਸੀ ਕਿ ਜਾਉ ਬਿਲੋਕਨ ਰੂਪ ਕਿਰਪਾਲਾ, ਵੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਜੇ ਸਰੀਰ ਧਾਰਨ ਕਰਕੇ ਆਏ ਹੈ ਤੇ ਮੈਂ ਫਿਰ ਜਾ ਕੇ ਤੇ ਪਰਮੇਸ਼ਰ ਦੇ ਦਰਸ਼ਨ ਕਰਾਂ। ਮੇਰੇ ਅੰਦਰ ਦੀ ਚਾਹਤ ਸੀ। ਹਾਂਜੀ, ਦੇਵ ਯੋਗ ਤੇ ਆਏ ਸਮੀਪਾ। ਪਰ ਮਹਾਰਾਜਾ ਤੇ ਬੜੀ ਵੱਡੀ ਕਿਰਪਾ ਕੀਤੀ, ਤੁਸੀਂ ਚੱਲ ਕੇ ਹੀ ਆ ਗਏ, ਆਪ ਚੱਲ ਕੇ ਹੀ ਇੱਥੇ ਆ ਗਏ ਸਮੀਪ ਮੇਰੇ। ਹਾਂਜੀ, ਦੀਨ ਦਰਸ ਬੇਦੀ ਕੁਲ ਦੀਪਾ। ਤੇ ਮਹਾਰਾਜ, ਮੈਨੂੰ ਇਹ ਵੀ ਪਤਾ ਵੀ ਬੇਦੀ ਕੁਲ ਚ ਤੁਸੀਂ ਜਨਮ ਲਿਆ ਹੈ। ਮਹਾਰਾਜ, ਤੁਸੀਂ ਤੇ ਬੇਦੀ ਕੁਲ ਦੇ ਦੀਵੇ ਹੋ, ਦੀਵੇ ਬੇਦੀ ਕੁਲ ਦੀਪਾ। ਮਹਾਰਾਜ, ਤੁਸੀਂ ਆ ਕੇ ਮੈਨੂੰ ਇੱਥੇ ਦਰਸ਼ਨ ਦਿੱਤੇ। ਹਾਂਜੀ, ਕੀਨ ਮਨੋਰਥ ਪੂਰਨ ਮੇਰਾ। ਮੈਂ ਜਿੱਥੇ ਤੁਸੀਂ ਹੁੰਦੇ ਕੁਝ ਸਮੇਂ ਬਾਅਦ ਮੈਂ ਪਹੁੰਚ ਕੇ ਦਰਸ਼ਨ ਕਰਨੇ ਸੀ, ਪਰ ਮਹਾਰਾਜ ਤੁਸੀਂ ਇੱਥੇ ਆ ਕੇ ਤੇ ਮੇਰੀ ਚਾਹਤ ਹੀ ਪੂਰੀ ਕਰ ਦਿੱਤੀ ਸੱਚੇ ਪਾਤਸ਼ਾਹ। ਹਾਂਜੀ, ਲੋਚਨ ਸੰਗ ਰੂਪ ਤਵ ਹੇਰਾ। ਮਹਾਰਾਜ, ਅੱਜ ਮੈਂ ਆਪਣੀਆਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰ ਲਏ, ਮੈਂ ਨਿਹਾਲ ਹੋ ਗਿਆ। ਕਹਿਣ ਲੱਗੇ ਕਾਕ ਪਸੁੰਡ ਜੀ ਦੇ ਮਨ ਵਿੱਚ ਇੰਨਾ ਪਿਆਰ ਆਵੇ, ਇੰਨਾ ਪਿਆਰ ਆਵੇ, ਉਹ ਮਹਾਰਾਜ ਦੀਆਂ ਸਿਫਤਾਂ ਹੀ ਕਰੀ ਜਾਣ ਜੀ, ਸਿਫਤਾਂ ਹੀ ਕਰੀ ਜਾਣ। ਸੁਣਿਓ ਧਿਆਨ ਨਾ। ਹਾਂਜੀ, ਕਲੀ ਕਾਲ ਮਤ ਮੰਦ ਬਿਮੋਟਾ। ਮਹਾਰਾਜ, ਕਲੀ ਕਾਲ ਮਤ ਮੰਦ ਬਿਮੋਢਾ, ਕਲਯੁਗ ਦਾ ਸਮਾਂ ਹੈ, ਲੋਕ ਮੂੜ ਨੇ ਤੇ ਮਾੜੀ ਮੱਤ ਵਾਲੇ ਹੈ। ਮਹਾਰਾਜ, ਬੜੀ ਮਾੜੀ ਮੱਤ ਵਾਲੇ ਹੈ। ਤੇ ਸੱਚੀ ਗੱਲ 'ਚ ਚੰਗੀਆਂ ਗੱਲਾਂ ਦੇ ਵੀ ਮਾੜੇ ਅਰਥ ਕੱਢ ਕੱਢ ਲੋਕਾਂ ਨੂੰ ਸੁਣਾਉਣਗੇ। ਮੱਤ ਇੰਨੀ ਵਿਗੜੀ ਹੋਈ ਹੈ ਲੋਕਾਂ ਦੀ ਜੀ। ਹਾਂਜੀ, ਧਰਮ ਪ੍ਰਿਸ਼ਟ ਤੇ ਮੋਹ ਅਰੂਢਾ। ਮੋਹ ਦੇ ਵਿੱਚ ਲੋਕੀ ਪੈ ਗਏ ਮਹਾਰਾਜ ਇਸ ਸਮੇਂ, ਮੋਹ ਵਿੱਚ, ਤੇ ਮੋਹ ਵਿੱਚ ਪੈ ਕੇ ਧਰਮ ਪ੍ਰਿਸ਼ਟ ਕਰੀ ਜਾਂਦੇ ਆਪਣਾ। ਆਪਾਂ ਵੀ ਵੇਖ ਲਈਏ ਕਿ ਬਾਣੀ ਨਹੀਂ ਪੜ੍ਹਦੇ, ਗੁਰਦੁਆਰੇ ਸਾਹਿਬ ਨਹੀਂ ਜਾਂਦੇ, ਸੇਵਾ ਨਹੀਂ ਕਰਦੇ, ਮੋਹ ਵਿੱਚ ਪੈ ਕੇ ਤੇ ਜਨਮ ਬਰਬਾਦ ਕਰੀ ਜਾਂਦੇ ਸਾਡੇ ਬੰਦੇ। ਮਹਾਰਾਜ, ਲੋਕ ਮੋਹ ਵਿੱਚ ਪੈ ਗਏ, ਮੋਹ ਵਿੱਚ, ਤੇ ਧਰਮ ਭ੍ਰਿਸ਼ਟ ਕਰਨ ਦੇ ਹੈ, ਧਰਮ ਭ੍ਰਿਸ਼ਟ ਕਰ ਰਹੇ ਹੈ। ਪਿਆਰਿਓ, ਧਰਮ ਭ੍ਰਿਸ਼ਟ ਕਰ ਹੋ ਜਾਣਾ ਬੜਾ ਵੱਡਾ ਇੱਕ ਕਲੰਕ ਹੈ ਜਿਹਦੇ ਕੋਲੋਂ ਹੋ ਜਾਏ ਜੀ। ਹਾਂਜੀ, ਤਿੰਨ ਕੋ ਦੇਨੇ ਹੇਤ ਸੁਪੰਥਾ। ਐਸੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਖੋਵਨ ਹਿਰਦੇ ਕੁਮਤ ਕੀ ਗ੍ਰੰਥਾ, ਤੇ ਹਿਰਦਿਆਂ ਦੀ ਖੋਟੀ ਮਤ ਨਾਸ ਕਰਨ ਵਾਸਤੇ। ਹਾਂਜੀ, ਧਰ ਪਰ ਨਰ ਸਰੀਰ ਕੋ ਧਾਰਾ। ਮਹਾਰਾਜ, ਪਰਮੇਸ਼ਰ ਜੀ, ਤੁਸੀਂ ਮਨੁੱਖਾਂ ਵਾਲਾ ਸਰੀਰ ਧਾਰ ਕੇ ਧਰਤੀ ਤੇ ਆਏ ਹੋ ਤਾਂ ਕਿ ਲੋਕ ਧਰਮ ਚ ਪੱਕੇ ਹੋਣ। ਗੱਜ ਕੇ ਆਖੋ ਲੋਕ ਆਪੋ ਆਪਣੇ ਧਰਮ ਚ ਪੱਕੇ ਹੋਣ ਤੇ ਉਹ ਆਪਣਾ ਧਰਮ ਨਾ ਭ੍ਰਿਸ਼ਟ ਕਰਨ ਜੀ।
हाँ जी तीन लोक के तुम ते आधारा। काक भसुंड जी दे मन च इन्ना प्यार आवे, इन्ना प्यार आवे, काक भसुंड जी हाथ जोड़ के कहिंदे महाराज तिन्ना लोकां दे आधार ही तुसी हो, भावें आकाश है भावें धरती है ते भावें प्यारे ओ पताल है, तिन्ना नू आसरा ते रब दा ही है ना महाराज, तिन्ना दे आसरा रूप हो तुसी। हाँ जी, आए जे राव है चरणन ते शरणा। जेड़ा मनुख महाराज तुहाडी शरण च आ जाए, कहो धन गुरु नानक देव साहिब जी धन महाराज, श्री गुरु नानक देव साहिब जी महाराज। हाथ जोड़ के महाराज दा नाम लिया करो। ओहदा कारण पता की है, जिदे अगे बंदे दा जोर चलदा उत्थे हाथ नहीं जोड़दा, बंदा हाथ चुकदा है जी, ते जेड़ा तगड़ा हुंदा जिहदे अगे जोर नहीं चलदा ओहदे अगे हाथ जोड़ देंदा, ते हाथ जोड़न दा मतलब हुंदा भी मैं तेरी शरण विच हाँ, ते जोड़ो हाथ ते कहो धन गुरु नानक देव साहिब जी धन महाराज। श्री गुरु नानक देव साहिब जी महाराज। जेड़ा महाराज आप जी दी शरण विच आ जावे, हाँ जी क्यों ना तरै जग जन्म रू मरना। महाराज, क्यों नहीं ओहदा पार उतारा होएगा, जन्म मरण ओहदा क्यों नहीं कटिया जाएगा, क्यों? एक ते हुंदा अवतार आए है, ते महाराज अवतार ते तुहाडे भेजे हुए आए हुंदे, इस वार ते तुसीं आप ही आ गए हो, इस वार ते तुसीं आप ही आ गए परमेश्वर जी शरीर धार के। हां जी, करहिं बचन तुमरे जो ते कमावन, जेड़ा आप जी दे बचन कमावेगा, हां जी, से नर तीर्थ करहिं गज के पावन। आखो, वाह उस मनुख विच इन्नी वड्डी ताकत आ जाएगी तुहाडे बचन सुन के, जेड़ा तुहाडे बचन कमावेगा ओ तां तीर्थां ते भी पैर रखे ते तीर्थां नू भी पवित्र कर देगा जी, इन्नी वड्डी उस बंदे च ताकत आ जाएगी जेड़ा तुहाडे बचन कमाएगा, ओ ते आप ही तीर्थ बन जाना जी उस बंदे ने, कमाल दी गल है, तीर्थां नूं पवित्र करन दी समर्था गुरु नानक साहिब जी दे बचन कमाउण वालिआं विच आ जांदी जी, बचन कमाउण वालिआं विच आ जांदी, ते इतिहास होया जी साडा, इतिहास जैसे प्रमाण मिलदे आ, धन गुरु अमरदास साहिब जोत ने गुरु नानक साहिब सच्चे पातशाह जी दी, ते जोत ने जिधर जिधर चरण पाए तीर्थ पवित्र हुंदे गए जी। हां जी, जिसमें शक्त ज्ञान की राखी, हाँ जी, तेह पढ़ क्यों ना होए गत क्यों कांखी। काक भसुंड ने एक शब्द सुन लिया महाराज दा जी, इन्हां ने महाराज दा शब्द सुन लिया जी, शब्द सुन के अंदाजा हो गया, कहने महाराज तुहाडे बचना विच तां ज्ञान दी शक्ति है, तुसी शब्दां च ज्ञान दी शक्ति रखी है, ते जेड़ा पढ़ेगा ओहदा क्यों नहीं भला होएगा, ते गुरु साहब दे जिन्ने बचन ने बार बार प्रेरणा देंदे, भाई नाम जपया करो, कहो प्रेम नाल वाहेगुरु वाहिगुरु वाहेगुरु, वाहिगुरु। भाई नाम जपया करो। हाँ जी, दोहरा श्री नानक बोले तब है सब गुण में प्रधान। महाराज सच्चे पातशाह गुरु नानक साहब ना हुण काक भसुंड दी सिफत करन लगे, श्री नानक बोले तब है सब गुण में प्रधान, महाराज कहिंदे है काक भसुंड जी तुहाडे विच भी बड़े गुण हैगे, महाराज कहिंदे। हाँ जी, भगत निरंतर करत हो स्रोतन बिखे महान। तुसी लगातार भगती करी जा रहे हो, भगती करी जांदे हो ते स्रोतियां विचों किन्ने महान स्रोते हो, भी तुसी इक्को बारी शब्द सुनिया बाणी सुनी ते तुहानू बाणी प्रति इन्ना ज्ञान हो गया, ध्यान नाल सुन दे, तुसी ते बड़े महान हो महाराज कहिंदे।
ਹਾਂਜੀ ਸਤਿਗੁਰ ਦੀਨਾ ਨਾਥ ਜੀ ਕੀਜੈ ਮੋਹੇ ਸਹਾਏ। ਮਹਾਰਾਜ ਕਹਿੰਦੇ ਤੁਸੀਂ ਮਹਾਨ ਸਰੋਤੇ, ਸਰੋਤਾ ਪਤਾ ਕਿਹਦਾ ਨਾਮ ਹੈ? ਜਿਹੜਾ ਸੁਣਦਾ ਹੈ। ਆਪਾਂ ਕਥਾ ਸੁਣ ਰਹੇ ਨਾ ਸਾਰੇ, ਕੀ ਹੈ ਇਸ ਸਮੇਂ? ਸਰੋਤੇ, ਸਰੋਤਾ ਸੁਣਨ ਵਾਲਾ। ਮਹਾਰਾਜ ਕਹਿੰਦੇ ਤੁਸੀਂ ਤੇ ਬੜੇ ਮਹਾਨ ਸਰੋਤੇ ਹੋ। ਤੇ ਕਾਕ ਭਸੁੰਡ ਜੀ ਨੂੰ ਪਤਾ ਵੀ ਰੱਬ ਨਾਲ ਗੱਲਾਂ ਕਿਵੇਂ ਕਰਨੀਆਂ ਚਾਹੀਦੀਆਂ। ਕਈ ਵਾਰੀ ਰੱਬ ਬੰਦੇ ਦੇ ਸਾਹਮਣੇ ਆਇਆ ਹੁੰਦਾ ਤੇ ਬੰਦੇ ਨੂੰ ਕਦਰ ਨਹੀਂ ਪੈਂਦੀ, ਬੰਦੇ ਨੂੰ ਗੱਲ ਕਰਨੀ ਨਹੀਂ ਆਉਂਦੀ ਰੱਬ ਨਾਲ ਜੀ। ਕਾਕ ਭਸੁੰਡ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਹਾਂਜੀ ਸਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਹੇ ਬਤਾਏ। ਇਹ ਮਹਾਰਾਜ ਸਰੋਤੇ ਕਿਹੋ ਜਿਹੇ ਹੁੰਦੇ ਆ? ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਹੈ, ਗੱਜ ਕੇ ਆਖੋ। ਨਿਮਰਤਾ ਵੇਖੋ ਕਾਕ ਭਸੁੰਡ ਜੀ ਦੀ। ਮਹਾਰਾਜ ਕਹਿੰਦੇ ਤੁਸੀਂ ਬਹੁਤ ਮਹਾਨ ਸਰੋਤੇ ਹੋ। ਤੇ ਕਾਕ ਭਸੁੰਡ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਪਤਾ ਹੀ ਨਹੀਂ ਵੀ ਸਰੋਤੇ ਕਿਹੋ ਜਿਹੇ ਹੁੰਦੇ ਆ। ਮਹਾਰਾਜ ਸਰੋਤੇ ਕਿਹੋ ਜਿਹੇ ਹੁੰਦੇ, ਕਿਰਪਾ ਕਰਕੇ ਮੈਨੂੰ ਦੱਸੋ ਸੱਚੇ ਪਾਤਸ਼ਾਹ। ਹਾਂਜੀ ਸਰੋਤਾ ਜਗ ਮੈਂ ਪੰਜ ਪ੍ਰਕਾਰਾ ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸ ਰਹੇ। ਮਹਾਰਾਜ ਕਹਿੰਦੇ ਕਾਕ ਭਸੁੰਡ ਜੀ ਸਰੋਤੇ ਪੰਜ ਤਰ੍ਹਾਂ ਦੇ ਹੁੰਦੇ ਹੈ, ਪੰਜ ਤਰ੍ਹਾਂ ਦੇ। ਉਂਝ ਛੇਵੇਂ ਪਾਤਸ਼ਾਹ ਨੇ 14 ਤਰ੍ਹਾਂ ਦੇ ਗੁਣ ਬਖਤੇ ਦੇ ਦੱਸੇ ਤੇ 14 ਤਰ੍ਹਾਂ ਦੇ ਗੁਣ ਸਰੋਤੇ ਦੇ ਦੱਸੇ ਹੈ, ਪਰ ਉਹ ਸਰੋਤੇ ਦੇ ਗੁਣ ਨੇ। ਸਰੋਤਾ ਪੰਜ ਕਿਸਮ ਦਾ ਹੁੰਦਾ ਜੀ, ਪੰਜ ਕਿਸਮ ਦਾ। ਹਾਂਜੀ ਸੋ ਹਾਂ ਤੁਮ ਸੋ ਕਰੋ ਉਚਾਰਾ। ਮਹਾਰਾਜ ਕਹਿੰਦੇ ਚਲੋ ਦੱਸ ਦਿੰਦੇ ਹਾਂ ਵੀ ਸਰੋਤੇ ਕਿਹੋ ਜਿਹੇ ਹੁੰਦੇ ਆ। ਪੰਜ ਤਰ੍ਹਾਂ ਦੇ ਸਰੋਤੇ ਦੱਸਦੇ ਨੇ। ਹੁਣ ਆਪਾਂ ਕਥਾ ਕੀਰਤਨ ਸੁਣਦੇ ਸਾਰੇ ਤੇ ਵਿਚਾਰ ਕਰਿਓ ਵੀ ਆਪਾਂ ਕਿਹੜੇ ਸਰੋਤੇ ਹੈਗੇ ਆ। ਹਾਂਜੀ ਰਾਗ ਰਾਗਨੀ ਸਮਝ ਏਕਾ। ਇੱਕ ਤੇ ਉਹ ਸਰੋਤੇ ਨੇ ਕਥਾ ਕੀਰਤਨ ਦੇ ਜਿਹੜੇ ਰਾਗ ਰਾਗਣੀਆਂ ਨੂੰ ਸਮਝਦੇ ਹੈ। ਤੇ ਮੈਨੂੰ ਹੁਣ ਇੱਕ ਮਿੰਟ ਰੁਕਣਾ ਪੈਣਾ, ਮੈਨੂੰ ਮਾਫ ਕਰ ਦਿਓ, ਸਾਡੀ ਬੜੀ ਤ੍ਰਾਸਦੀ ਹੈ। ਪਹਿਲੇ ਤਰੀਕੇ ਦੇ ਸਰੋਤੇ ਦੱਸੇ ਜਿਹੜੇ ਰਾਗ ਰਾਗਣੀਆਂ ਨੂੰ ਸਮਝਦੇ ਹੈ। ਤੇ ਜੇ ਕੋਈ ਰਾਗਾਂ ਵਿੱਚ ਕੀਰਤਨ ਕਰਨ ਵਾਲਾ ਗੁਰਮੁਖ ਪਿਆਰਾ ਪ੍ਰੇਮੀ ਕੀਰਤਨੀਆਂ ਸਿੱਖ ਆ ਜਾਵੇ ਨਾ ਸਾਡੇ ਕੋਲ, ਤੇ ਜਿੰਨੇ ਬੈਠੇ ਲਗਭਗ ਅੱਧਿਆਂ ਨਾਲੋਂ ਜ਼ਿਆਦਾ ਉੱਠ ਜਾਂਦੇ ਵੀ ਸਾਨੂੰ ਸਮਝ ਨਹੀਂ ਆਉਂਦੀ ਕੀ ਬੋਲਣ ਦਿਆ, ਸਾਨੂੰ ਸਮਝ ਨਹੀਂ ਆਉਂਦੀ। ਤੇ ਗਿਆਨ ਤੇ ਲਾਵੇ ਨਹੀਂ ਪੱਲੇ ਜੀ। ਹਾਂਜੀ ਤੇ ਤੁਸੀਂ ਸੁਣਦੇ ਆ ਨਾ ਇੱਕ ਅਖੌਤੀ ਪ੍ਰਚਾਰਕ ਨੂੰ, ਢੋਲਕੀਆਂ ਚਮਟੇ ਕੋਲ ਨੇ ਤੇ ਢੋਲਕੀ ਚਮਟਿਆਂ ਨਾਲ ਹੀ 50-50 ਹਜ਼ਾਰ ਦੁਨੀਆ ਬੈਠੀ ਜੀ ਅੱਗੇ ਜੀ। ਹਾਂਜੀ ਉਹਨਾਂ ਨੂੰ ਪਤਾ ਨਹੀਂ ਵੀ ਬਾਬੇ ਨੇ ਬੋਲਣਾ ਕੀ ਹੈ, ਉਹ ਤੇ ਉਹ ਬਾਂਸਰੀ ਦੀ ਆਵਾਜ਼ ਸੁਣ ਸੁਣੀ ਆਨੰਦ ਲਈ ਜਾਂਦੇ ਬਸ ਜੀ, ਢੋਲਕੀ ਚਮਟਿਆਂ 'ਚ ਮਸਤ ਹੋ ਜਾਂਦੇ ਆ, ਢੋਲਕੀ ਚਮਟਿਆਂ 'ਚ ਮਸਤ ਹੋ ਜਾਂਦੇ ਆ। ਮਹਾਰਾਜ ਕਹਿੰਦੇ ਇੱਕ ਉਹ ਸਰੋਤੇ ਜਿਹੜੇ ਰਾਗ ਰਾਗਣੀਆਂ ਨੂੰ ਸਮਝਦੇ ਹੈ, ਸਮਝਦੇ ਆ, ਸੂਝ ਬੂਝ ਰੱਖਦੇ ਆ। ਹਾਂਜੀ ਦੂਜੇ ਸੁਰ ਕੈ ਲਖੈ ਵਿਵੇਕਾ। ਤੇ ਦੂਜੇ ਉਹ ਹੁੰਦੇ ਜਿਹਨਾਂ ਨੂੰ ਸੁਰ ਦਾ ਵੀ ਗਿਆਨ ਹੋਵੇ ਵੀ ਬੰਦਾ ਸੁਰ ਵਿੱਚ ਹੈਗਾ ਕਿ ਨਹੀਂ ਹੈਗਾ ਜੀ, ਸੁਰ ਵਿੱਚ ਹੈਗਾ ਕਿ ਨਹੀਂ ਹੈਗਾ ਜੀ। ਹਾਂਜੀ ਤੀਜੋ ਤਾਲ ਸੁਣੈ ਹਿਤ ਦਿਆ। ਤੇ ਤੀਜੇ ਸਰੋਤੇ ਉਹ ਹੈ, ਪਹਿਲੇ ਤੇ ਰਾਗ ਰਾਗਣੀਆਂ ਹੀ ਸੁਣਦੇ ਆ, ਦੂਜੇ ਸੁਰ ਸੁਣਦੇ ਆ, ਤੇ ਤੀਜਾ ਫਿਰ ਵਾਜਾ ਤੇ ਤਬਲਾ ਚਮਟੇ ਸੁਣੀ ਜਾਂਦੇ ਜੀ। ਮਹਾਰਾਜ ਕਹਿੰਦੇ ਤੀਜੋ ਤਾਲ ਸੁਣੇ ਹਿੱਤ ਦੇ ਆ, ਬੜੇ ਧਿਆਨ ਨਾਲ ਸੁਣਦੇ। ਤੇ ਮੈਂ ਵੇਖਿਆ ਜੀ, ਕਹਿੰਦੇ ਜੀ ਫਲਾਣੇ ਬੰਦੇ ਦੇ ਨਾਲ ਚਮਟੇ ਵਾਲੇ ਤਾਂ ਕਰਕੇ ਚਮਟਾ ਖੜਦੇ ਫਿਰ ਠਾਂ ਲਿਆਉਂਦੇ ਹੈ, ਕਹਿੰਦੇ ਇਕੱਠੇ ਹੀ ਤਾਂ ਕਰਦੇ ਤੇ ਇਕੱਠੇ ਹੀ ਠਾਂ ਲਿਆਉਂਦੇ। ਤੇ ਮੈਂ ਬਾਬੇ ਨੇ ਗਿਆਨ ਕਿਹੜਾ ਦਿੱਤਾ ਕੁਛ ਨਹੀਂ ਪਤਾ ਜੀ, ਜਾਂ ਕਹਿਣਗੇ ਅੱਜ ਤੇ ਹਾਰਮੋਨੀਅਮ ਦੀ ਕਮਾਲ ਕਰਤੀ ਭਾਈ ਸਾਹਿਬ ਨੇ। ਉਹ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਨੂੰ ਸੁਣਨ ਵਾਲੇ। ਮਹਾਰਾਜ ਕਹਿੰਦੇ ਤੀਜੇ ਤਾਲ ਸੁਣਗੇ ਹਿੱਤ ਦੇ ਆ, ਧਿਆਨ ਨਾਲ ਤਾਲ ਹੀ ਸੁਣਦੇ ਆ ਬਸ। ਹਾਂਜੀ ਚਤੁਰਥ ਬਾਦਤ ਤੇ ਰਸ ਲਿਆ, ਗੱਜ ਕੇ ਆਖੋ। ਤੇ ਜਿਹੜੇ ਚੌਥੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੌਥੇ ਸਰੋਤੇ ਉਹ ਰਸ ਜਿਹਾ ਲੈਂਦੇ ਰਹਿੰਦੇ ਆ ਹਰ ਚੀਜ਼ ਦਾ ਹੀ, ਵਾਜਿਆਂ ਦਾ, ਤਾਲ ਦਾ। ਵੇਖੋ ਤਾਲ ਦਾ ਵੱਖਰਾ ਰਸ ਤੇ ਵਾਜੇ ਦਾ ਵੱਖਰਾ ਰਸ ਤੇ, ਵਾਜੇ ਦਾ ਰਸ ਜਿਹੜਾ ਲੈਂਦੇ ਉਹ ਚੌਥੇ ਸਰੋਤੇ ਹੈ। ਇਹ ਕੀਰਤਨ ਸੁਣਨ ਵਾਲਿਆਂ ਦੀ ਗੱਲ 'ਚ। ਹਾਂਜੀ
ਪੰਚਮ ਸ਼ਬਦ ਅਰਥ ਕੋ ਚੀਨਾ। ਤੇ ਬੜਾ ਕਹਿੰਦੇ ਚੌਥੇ ਵਾਲੇ ਤਾਂ ਟਿਊਨ ਬੜੀ ਵਧੀਆ ਸੀ, ਅੱਜ ਤੇ ਰੀਤ ਬੜੀ ਵਧੀਆ ਭਾਈ ਸਾਹਿਬ ਨੇ ਗਾਈ। ਹਾਂਜੀ, ਤੇ ਸ਼ਬਦ ਨਹੀਂ ਚੇਤਾ ਹੁੰਦਾ ਜੀ, ਰੀਤਾਂ ਵਿੱਚ, ਤਬਲਿਆਂ ਵਿੱਚ, ਵਾਜਿਆਂ ਵਿੱਚ ਧਿਆਨ ਹੁੰਦਾ, ਬਸ ਢੋਲਕੀ ਚਮਟੇ 'ਚ ਧਿਆਨ ਹੁੰਦਾ, ਮੈਨੂੰ ਮਾਫ ਕਰ ਦਿਓ। ਪਰ ਸਾਧ ਸੰਗਤ ਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਕ ਪਸੁੰਡ ਜੀ, ਜਿਹੜੇ ਪੰਜਵੇਂ ਤਰੀਕੇ ਦੇ ਸਰੋਤੇ ਆ ਨਾ, ਉਹ ਵੇਖਣ ਦੇ ਵੀ ਗਾਇਆ ਕੀ ਜਾ ਰਿਹਾ ਹੈ, ਸ਼ਬਦ ਕਿਹੜਾ ਪੜਿਆ ਜਾ ਰਿਹਾ ਹੈ, ਤੇ ਨਿਰਾ ਸ਼ਬਦ ਹੀ ਨਹੀਂ ਸੁਣਦੇ, ਜਾਂ ਸ਼ਬਦ ਦੀ ਰੀਤ ਹੀ ਨਹੀਂ ਸੁਣਦੇ, ਜੋ ਸ਼ਬਦ ਵਿੱਚ ਲਿਖਿਆ ਉਹਦੇ ਅਰਥਾਂ ਦੀ ਵੀ ਵਿਚਾਰ ਕਰਦੇ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਕਾਕ ਪਸੁੰਡ ਜੀ ਪੁੱਛਦੇ ਹੀ ਨਾ ਤੇ ਸਾਨੂੰ ਪਤਾ ਨਹੀਂ ਲੱਗਣਾ ਜੀ। ਹਾਂਜੀ, ਤਾਤ ਪਰਜ ਸਮਝਤ ਪਰਬੀਨਾ। ਤਾਤ ਪਰਜ ਸਮਝਤ ਪਰਬੀਨਾ, ਤਾਤ ਪਰਜ ਸਮਝਦੇ ਸਿਆਣੇ ਹੁੰਦੇ ਆ ਉਹ, ਸ਼ਬਦ ਦਾ ਭਾਵ ਕੀ ਹੈ, ਸ਼ਬਦ ਦਾ ਭਾਵ ਕੀ। ਇੱਕ ਰਾਗੀ ਨੇ ਸ਼ਬਦ ਪੜਿਆ, ਰਾਮ ਰਾਮ ਬੋਲ ਖੋਜ ਤੇ ਵਡਭਾਗੀ, ਪੌਣਾ ਘੰਟਾ ਲਾ ਕੇ ਇੱਕ ਸ਼ਬਦ ਪੜਿਆ ਜੀ, ਪੌਣਾ ਘੰਟਾ ਲਾ ਕੇ, ਤੇ ਸਰੋਤਿਆਂ ਨੇ ਵਾਜੇ ਦੀ ਤੇ ਤਬਲੇ ਦੀ ਟਿਊਨ ਨਹੀਂ ਸੁਣੀ, ਜਾਂ ਬਾਬਿਆਂ ਦੇ ਕੱਪੜੇ ਵੇਖੇ ਤੇ ਸ਼ਬਦ ਸੁਣਿਆ ਹੀ ਨਾ, ਵੀ ਸ਼ਬਦ ਚ ਮਹਾਰਾਜ ਕਹਿ ਕੀ ਰਹੇ ਹੈ। ਸਿਆਣੇ ਤੱਤ ਨੂੰ ਸਮਝਦੇ ਆ ਮਹਾਰਾਜ ਕਹਿੰਦੇ। ਹਾਂਜੀ, ਸੋ ਸਭ ਹਿੰਨ ਤੇ ਲਖੋ ਮਹਾਨਾ। ਜਿਹੜੇ ਪੰਜਵੇਂ ਤਰ੍ਹਾਂ ਦੇ ਸਰੋਤੇ ਉਹ ਸਭ ਤੋਂ ਮਹਾਨ ਨੇ, ਤੇ ਤਾਂਹੀਓ ਮਹਾਰਾਜ ਕਾਕ ਪਸੁੰਡ ਨੂੰ ਕਹਿੰਦੇ ਸੀ ਤੂੰ ਮਹਾਨ ਹੈ। ਕਿਉਂ? ਉਹ ਕਹਿੰਦਾ ਸੀ ਮਹਾਰਾਜ ਤੁਹਾਡੀ ਬਾਣੀ 'ਚ ਗਿਆਨ ਬੜਾ। ਕਹਿੰਦਾ ਮਹਾਰਾਜ ਇਹ ਤਾਂ ਭਗਤੀ ਪੈਦਾ ਕਰਨ ਵਾਲੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਤੂੰ ਪੰਜਵੇਂ ਸਰੋਤਾਂ ਪੰਜਵਾਂ। ਹਾਂਜੀ, ਅਰਥ ਸਮਝ ਕੇ ਗੁਣਤ ਸੁਜਾਨਾ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਅਰਥ ਸਮਝਦੇ ਹੈ, ਅਰਥ ਸਮਝ ਕੇ ਫਿਰ ਵੇਖਦੇ ਹੈ ਵੀ ਸਹੀ ਹੈ ਕਿ ਨਹੀਂ ਹੈ ਜੀ, ਇਸ ਗੱਲ ਦੀ ਵੀ ਵਿਚਾਰ ਕਰਨੀ। ਬਾਬੇ ਬਹੁਤ ਕੁਝ ਬੋਲੀ ਜਾਂਦੇ ਸਟੇਜਾਂ 'ਤੇ, ਧਿਆਨ ਵੀ ਦੇਣਾ ਪੈਂਦਾ ਵੀ ਸਹੀ ਹੈ ਕਿ ਨਹੀਂ ਹੈ, ਭੜਕਾਉਣ ਤਾਂ ਨਹੀਂ ਦੇ। ਹਾਂਜੀ, ਯਾਂ ਤੇ ਹੋ ਸਭ ਵਿਖੇ ਵਡੇਰੇ। ਪਰ ਮਹਾਰਾਜ ਕਹਿੰਦੇ ਤੁਸੀਂ ਸਭ ਤੋਂ ਵੱਡੇ ਸਰੋਤੇ ਹੋ, ਤੁਸੀਂ ਸਭ ਤੋਂ ਵੱਡੇ ਸਰੋਤੇ ਹੋ। ਹਾਂਜੀ, ਸਮਝ ਅਰਥ ਸੁਖ ਪਾਏ ਕਨੇਰੇ। ਜਿਹੜੇ ਅਰਥ ਸਮਝ ਕੇ ਸੁਖ ਪਾ ਰਹੇ ਹੋ, ਬਾਣੀ ਦਾ ਤਾਤ ਪਰਜ ਸਮਝ ਕੇ ਸੁਖ ਪਾ ਰਹੇ ਹੋ। ਹਾਂਜੀ, ਪ੍ਰੇਮ ਭਗਤ ਮਹਿ ਨਿਤ ਮਨ ਲੀਨਾ। ਚਿਰੰਜੀਵ ਹੋ ਅਧਿਕ ਪ੍ਰਵੀਨਾ। ਗੱਜ ਕੇ ਆਖੋ ਵਾਹਿਗੁਰੂ। ਨਾਲੇ ਮਹਾਰਾਜ ਨੂੰ ਤੇ ਪਤਾ ਹੈ, ਮਹਾਰਾਜ ਕਹਿੰਦੇ ਨਾਲੇ ਤੁਸੀਂ ਤੇ ਚਿਰੰਜੀਵੀ ਹੋ, ਬੜੇ ਚਿਰਾਂ ਦੇ ਜਿਉਂਦੇ ਹੋ। ਅਰਥ ਵਿਚਾਰ ਹੈ ਜੋ ਹਿਤ ਲਾਏ, ਸੋ ਸਰੋਤਾ ਰਸ ਸੋ ਤ੍ਰਿਪਤਾਏ। ਜਿਹੜਾ ਸਰੋਤਾ ਅਰਥ ਵਿਚਾਰ ਕੇ, ਚਿੱਤ ਲਾ ਕੇ ਗੁਰਬਾਣੀ ਦਾ ਕੀਰਤਨ ਸੁਣਦਾ, ਮਹਾਰਾਜ ਕਹਿੰਦੇ ਇਸੇ ਗੁਰਬਾਣੀ ਦੇ ਕੀਰਤਨ ਚੋਂ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਬਾਣੀ ਚ ਕਹਿੰਦੇ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। ਕੋਈ ਵਿਰਲਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। ਸਾਰੇ ਜਪੋ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। 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 ਕੋਈ ਬਿਰਲਾ ਕਾਕ ਪਸੁੰਡ ਜੀ, ਕੋਈ ਬਿਰਲਾ ਹੈ ਜਿਹੜਾ ਧਿਆਨ ਨਾਲ ਕੀਰਤਨ ਸੁਣਦਾ,
ਪਿਆਰਿਓ ਕੀਰਤਨ ਸੁਣਨ 'ਚ ਜਿੱਦਾਂ ਮਨ ਜੁੜਨ ਲੱਗ ਪਏ, ਸਮਝੋ ਉਹਦੀ ਗੱਲ ਬਣ ਗਈ ਹੈ, ਉਹਦੇ ਉੱਤੇ ਕੋਈ ਨਾ ਕੋਈ ਮਿਹਰ ਹੋਈ ਹੈ, ਨਹੀਂ ਤੇ ਬੈਠਿਆ ਹੀ ਨਹੀਂ ਜਾਂਦਾ ਟਿਕ ਕੇ ਇਹੋ ਇਸ ਤਰੀਕੇ ਨਾਲ ਜੀ। ਉਹ ਨਿਰੇ ਸੁਰਤਾਲ ਵਾਲਾ ਹੀ ਨਾ ਹੋਏ ਜੀ, ਜਿਹੜਾ ਹਿੱਤ ਲਾ ਕੇ ਪ੍ਰੇਮ ਨਾਲ ਅਰਥਾਂ ਦੀ ਵਿਚਾਰ ਕਰਕੇ ਕੀਰਤਨ ਸੁਣਦਾ, ਸੱਚੇ ਪਾਤਸ਼ਾਹ ਕਹਿੰਦੇ ਐ ਉਹ ਅੰਮ੍ਰਿਤ ਰਸ ਛਕਦਾ ਤੇ ਤ੍ਰਿਪਤ ਹੋ ਜਾਂਦਾ, ਤੇ ਇਹੋ ਜਿਹਾ ਕੋਈ ਬਿਰਲਾ ਹੈ ਬਿਰਲਾ। ਫਿਰ ਧਿਆਨ ਨਾਲ ਸੁਣੋ ਪੰਕਤੀ, ਅੰਮ੍ਰਿਤ ਰਸ ਹਰ ਕੀਰਤਨੋ ਕੋ ਬਿਰਲਾ ਪੀਵੈ, ਅੰਮ੍ਰਿਤ ਰਸ ਹਰ ਕੀਰਤਨੋ ਕੋ ਬਿਰਲਾ ਪੀਵੈ, ਅੰਮ੍ਰਿਤ ਰਸ ਹਰ ਕੀਰਤਨੋ ਕੋ ਬਿਰਲਾ ਪੀਵੈ, ਅੰਮ੍ਰਿਤ ਰਸ ਹਰ ਕੀਰਤਨੋ ਕੋ ਬਿਰਲਾ ਪੀਵੈ। ਹਾਂਜੀ, ਔਰ ਜੇ ਸਰੋਤਾ ਚਾਰ ਪ੍ਰਕਾਰੀ, ਬਾਕੀ ਮਹਾਰਾਜ ਕਹਿੰਦੇ ਜਿਹੜੇ ਚਾਰ ਤਰ੍ਹਾਂ ਦੇ ਸਰੋਤੇ ਆ ਨਾ, ਸੁਰ ਤਾਲ ਵਾਲੇ ਜਾਂ ਫਿਰ ਸਾਧ ਸੰਗਤ ਜੀ ਰਾਗ ਰਾਗੜੀਆਂ ਵਾਲੇ, ਸੁਰ ਵੇਖਣ ਵਾਲੇ, ਵਾਜਿਆਂ ਢੋਲਕੀਆਂ ਚਮਟਿਆਂ ਵਾਲੇ, ਛੀਲਰ ਖਾਨ ਵਿਖੇ ਹਿਤਧਾਰੀ, ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਬਸ ਛਿੱਲੜ ਖਾਨ ਤੱਕ ਹੀ ਸੀਮਤ ਹੈਗੇ। ਹੁਣ ਉਹ ਢੋਲਕੀ ਚਮਟੇ ਨੂੰ ਕੋਈ ਫਿਰਕਾ ਆਪਣੇ ਨਾਲ ਨਾ ਜੋੜ ਲੇ, ਵਾਜੇ ਤਬਲੇ ਵਾਲਿਆਂ ਦਾ ਵੀ ਇਹੋ ਹਾਲ ਹੀ ਹੈ ਜੀ। ਜੇ ਅਰਥ ਨਹੀਂ ਸਮਝੇ, ਅਰਥ ਸਮਝਦਾ ਤੇ ਮਾਫ ਕਰਿਓ, ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਉਹਨਾਂ ਢੋਲਕੀ ਚਮਟੇ ਨਾਲ ਹੀ ਪ੍ਰਚਾਰ ਕੀਤਾ ਸੀ, ਲੱਖਾਂ ਨੂੰ ਹੀ ਅੰਮ੍ਰਿਤ ਛਕਾ ਦਿੱਤਾ ਸੀਗਾ ਜੀ, ਤੇ ਸਾਰੀ ਉਮਰ ਇੱਕ ਸਟੈਂਡ ਤੇ ਰਹੇ, ਆਏ ਦਿਨ ਬਦਲਦੇ ਨਹੀਂ ਸੀ ਹੁੰਦੇ ਜੀ, ਆਏ ਦਿਨ ਬਦਲਦੇ ਨਹੀਂ ਸੀ ਹੁੰਦੇ। ਇਸ ਪਾਸੇ ਵੀ ਬੜੇ ਚੰਗੇ, ਮੈਂ ਤਾਂ ਕਹਿੰਦਿਆਂ ਕੋਈ ਆਪਣੇ ਫਿਰਕੇ ਨਾਲ ਨਾ ਜੋੜੇ। ਮਹਾਰਾਜ ਕਹਿੰਦੇ ਜਿਹੜੇ ਬਾਕੀ ਚਾਰ ਹੈ ਉਹ ਤਾਂ ਛਿੱਲੜ ਹੀ ਖਾਂਦੇ ਹੈ, ਵਿਚਲੀ ਚੀਜ਼ ਨਹੀਂ ਛੱਕ ਸਕਦੇ, ਵਿਚਲੀ ਪੰਜਵਾਂ ਹੀ ਖਾਂਦਾ ਹੈ। ਹਾਂਜੀ, ਫੋਕਟ ਕੇ ਰਸ ਮਹਿ ਫਸ ਉਹ ਤਾਂ ਗਏ, ਫੋਕੇ ਰਸਾਂ 'ਚ ਪਏ ਹੈ, ਸੁਰ ਦੇ ਤਾਲ ਦੇ ਤਾਂ ਫੋਕੇ ਰਸਾਂ 'ਚ ਪਏ ਹੈ। ਹਾਂਜੀ, ਅੰਤਰ ਰਸ ਨਹਿ ਚੀਨਤ ਉਹਦੇ ਭਏ, ਅੰਦਰ ਨਹੀਂ ਰਸ ਜਾਂਦਾ, ਅੰਦਰ ਰਸ ਸ਼ਬਦ ਦਾ ਵਸਣਾ, ਸੁਰ ਤਾਲ ਦਾ ਰਸ ਨਹੀਂ ਵਸਣਾ ਜੀ। ਹਾਂਜੀ, ਸਤ ਸੰਗਤ ਕੋ ਰਸ ਤੁਮ ਚੀਨੋ, ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਕਾਕ ਪਸੁੰਡ ਜੀ, ਤੁਸੀਂ ਸਤਸੰਗ ਦਾ ਰਸ ਮਾਣਿਆ ਹੋਇਆ। ਹਾਂਜੀ, ਵੱਡ ਚਿਰੰਜੀਵੀ ਪਦ ਕੋ ਲੀਨੋ, ਵੱਡੇ ਚਿਰੰਜੀਵੀ ਰਹਿਣ ਦਾ ਪਦ ਪਦਵੀ ਤੁਸੀਂ ਪ੍ਰਾਪਤ ਕੀਤੀ ਹੈ। ਹਾਂਜੀ, ਸੁਣ ਇਮ ਸ਼੍ਰੋਣ ਬਿਖੈ ਮਰਦਾਨਾ, ਹਾਂਜੀ ਹਿਤ ਬੂਜਨ ਕੇ ਬਚਨ ਬਖਾਨਾ। ਹੁਣ ਅੱਗੋਂ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਮਰਦਾਨਾ ਜੀ ਗੱਲ ਸੁਣ ਕੇ ਨਾ ਤੇ ਪੁੱਛਣ ਲੱਗੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ। ਹਾਂਜੀ, ਰਿਖੀ ਜੀ ਉਚਰੋ ਬੈਸ ਪ੍ਰਮਾਣੇ, ਤੇ ਉਹ ਪੁੱਛਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ, ਨਹੀਂ ਰਿਸ਼ੀ ਨੂੰ ਜੀ, ਕਾਕ ਪਸੁੰਡ ਜੀ ਨੂੰ, ਕਹਿੰਦੇ ਰਿਸ਼ੀ ਜੀ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ, ਸੁਣਿਓ ਜਰਾ, ਧਰਤੀ ਹੋਰ ਪਰੈ ਹੋਰ ਹੋਰ ਕਿਵੇਂ ਹੈ ਜੀ। ਹਾਂਜੀ, ਤੁਮ ਦੇਖਤ ਜੁਗ ਕਿਤੇ ਕ ਬਹਾਨੇ, ਤੇ ਤੁਸੀਂ ਇੱਥੇ ਕਿੰਨੇ ਕੁ ਯੁੱਗਾਂ ਦੇ ਬੈਠੇ ਹੋ। ਮਹਾਰਾਜ ਕਹਿ ਰਹੇ ਤੁਸੀਂ ਚਿਰੰਜੀਵੀ ਹੋ, ਚਿਰੰਜੀਵੀ ਦਾ ਅਰਥ ਹੁੰਦਾ ਬੜਾ ਲੰਮਾ ਸਮਾਂ ਜੀ। ਹਾਂਜੀ, ਕਾਕ ਭਸੁੰਡ ਬਚਨ ਤਬ ਕਹੈ, ਲੰਮੇ ਸਮੇਂ ਤੋਂ ਜਿਹੜਾ ਜੀਵਤ ਹੋਵੇ ਉਹਨੂੰ ਚਿਰੰਜੀਵੀ ਕਹਿੰਦੇ ਆ। ਕਾਕ ਭਸੁੰਡ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਅਪਰਮਾਨ ਬੈਸ ਮਮ ਅਹੈ, ਗੱਜ ਕੇ ਆਖੋ ਵਾਹਿਗੁਰੂ, ਕਹਿੰਦੇ ਵੀ ਪ੍ਰਮਾਣ ਹੁਣ ਮੈਂ ਤੈਨੂੰ ਕੀ ਦਵਾਂ ਵੀ ਮੇਰੀ ਕਿੰਨੀ ਕੁ ਉਮਰ ਹੈ। ਉਮਰ ਇੰਨੀ ਲੰਮੀ ਹੋ ਚੁੱਕੀ ਹੈ ਵੀ ਮੈਂ ਪ੍ਰਮਾਣ ਨਹੀਂ ਦੇ ਸਕਦਾ। ਹਾਂਜੀ, ਦੋਹਰਾ ਜੁਗ ਸਹੰਸਰ ਬੀਤੈ ਜਬ ਹੈ, ਏਕ ਦਿਵਸ ਬਿਧ ਹੋਏ, ਫਿਰ ਵੀ ਸਮਝਾਉਣ ਮਾਤਰ ਤੈਨੂੰ ਦੱਸ ਦਿੰਦੇ ਮੇਰੀ ਉਮਰ ਕਿੰਨੀ ਲੰਮੀ ਹੈ। ਜੁਗ ਸਹੰਸਰ ਬੀਤੈ ਜਬ ਹੈ, ਕਹਿੰਦੇ ਆ ਜੁਗ 2000 ਜਦੋਂ ਸਾਲ ਯੁੱਗ ਬਤੀਤ ਹੁੰਦੇ ਆ ਨਾ, ਗੱਜ ਕੇ ਆਖੋ, ਯੁੱਗ ਸਹੰਸਰ ਬੀਤੈ ਜਬ ਹੈ, ਯੁੱਗ ਯੁੱਗ ਦਾ ਅਰਥ ਹੁੰਦਾ ਦੋ,
2000 ਜਦੋਂ ਸਮਾਂ ਜਾਂ ਯੁੱਗ ਦਾ ਅਰਥ ਆਪਾਂ ਯੁੱਗ ਦੂਜਾ ਵੀ ਲੈ ਸਕਦੇ ਹਾਂ, ਹਜ਼ਾਰ ਯੁੱਗ ਕਹਿ ਲਈਏ, ਹਜ਼ਾਰ ਯੁੱਗ ਜਦੋਂ ਬੀਤ ਜਾਂਦਾ ਹੈ, ਹਜ਼ਾਰ ਯੁੱਗ, ਇੱਕ ਅੱਧਾ ਯੁੱਗ ਨਹੀਂ, ਆਪਾਂ ਤਾਂ ਚਾਰ ਯੁੱਗ ਹੀ ਜਾਣਦੇ ਹਾਂ ਨਾ, ਹਜ਼ਾਰ ਯੁੱਗ ਜਦੋਂ ਬਤੀਤ ਹੋ ਜਾਂਦਾ ਹੈ, ਹਾਂਜੀ, ਏਕ ਦਿਵਸ ਵਿਦ ਹੋਏ ਤੇ ਬ੍ਰਹਮਾ ਦਾ ਇੱਕ ਦਿਨ ਬਣਦਾ, ਕਹਿੰਦੇ ਵਾਹਿਗੁਰੂ। ਹਜ਼ਾਰ ਯੁੱਗ ਬੀਤ ਜਾਵੇ, ਹੁਣ ਇੱਕ ਯੁੱਗ ਬੀਤਦੇ ਨਹੀਂ, ਸਮਾਂ ਬੜਾ ਲੱਗ ਜਾਂਦਾ, ਹਜ਼ਾਰ ਯੁੱਗ ਲੰਘ ਜਾਵੇ ਤੇ ਬ੍ਰਹਮਾ ਦਾ ਇੱਕ ਦਿਨ ਬਤੀਤ ਹੁੰਦਾ, ਇੱਕ ਦਿਨ, ਤੇ ਦਿਨ ਦੇ ਕਿੰਨੇ ਪਹਿਰ ਹੁੰਦੇ ਭਲਾ? ਚਾਰ ਪਹਿਰ ਹੁੰਦੇ ਜੀ, ਹਾਂਜੀ, ਤਿਨਕੇ ਸਮ ਪੁਨ ਰਹਿਣ ਹਵੇ, ਫਿਰ ਚਾਰ ਪਹਿਰ ਰਾਤ, ਚਾਰ ਪਹਿਰ ਰਾਤ, ਹਾਂਜੀ, ਕਹਿੰਦੇ ਫਿਰ ਇਸੇ ਤਰ੍ਹਾਂ ਰਾਤ ਦਾ ਚਾਰ ਪਹਿਰ ਹੁੰਦਾ, ਤੇ ਇਸ ਹਿਸਾਬ ਨਾਲ ਹਜ਼ਾਰ ਯੁੱਗ ਤੇ 2000 ਜਦੋਂ ਸਮਾਂ ਲੰਘ ਜਾਵੇ ਤੇ ਫਿਰ ਬ੍ਰਹਮਾ ਦਾ ਪੂਰਾ 24 ਘੰਟੇ ਬਣਦੇ ਜੀ ਉਹਦੇ ਜੀ, ਹਾਂਜੀ। ਮਾਸਹਿ ਏਬਿਦ ਜੋਏ, ਤੇ ਹਜੂ ਤੇ ਉਹ ਅੱਗੋਂ ਕਹਿ ਰਹੇ, ਕਹਿੰਦੇ ਇਸੇ ਤਰ੍ਹਾਂ ਮਹੀਨਾ ਲਾ ਲਓ, ਹੁਣ ਜਿਹਦੇ ਚਾਰ ਪਹਿਰ ਜਿਹੜੇ ਹੈ ਉਹ ਹਜ਼ਾਰ ਯੁੱਗ ਬੀਤਣ ਤੋਂ ਬਾਅਦ ਬਣਦੇ ਹੈ, ਤੇ ਦਿਨ ਕਿੱਡਾ ਵੱਡਾ ਹੋ ਗਿਆ ਜੀ, ਹਾਂਜੀ, ਕਹਿੰਦੇ ਇਸੇ ਤਰ੍ਹਾਂ ਮਹੀਨਾ ਲਾ ਲਓ ਜੀ, ਮਹੀਨੇ ਦਾ ਹਿਸਾਬ ਕੱਢ ਲਓ ਜੀ, ਹਾਂਜੀ। ਇਸ ਪ੍ਰਕਾਰ ਕੇ ਸਹਿਸ ਵਰਖ ਜਬ, ਇਸੇ ਤਰ੍ਹਾਂ ਜਦੋਂ ਕਈ 100 ਸਾਲ ਬਤੀਤ ਹੋ ਜਾਂਦੇ ਹੈ, ਹਾਂਜੀ, ਬੀਤੇ ਬੈਸ ਵਿਧਾਤੇ ਕੀ ਤਬ, ਤੇ ਬ੍ਰਹਮੇ ਦੀ ਉਮਰ ਪੂਰੀ ਹੁੰਦੀ ਹੈ, ਕਈ 100 ਸਾਲ ਜਦੋਂ ਲੰਘ ਜਾਂਦੇ, ਗੱਜ ਕੇ ਆਖੋ, ਅੱਧਾ ਦਿਨ ਜਿਹੜਾ ਉਹ 1000 ਯੁੱਗ ਦਾ ਜੀ, ਹਾਂਜੀ, ਤੇ 2000 ਯੁੱਗ ਹੋ ਗਏ ਪੂਰੇ ਇੱਕ ਦਿਨ ਦੇ, ਤੇ ਮਹੀਨੇ ਦੇ ਯੁੱਗਾਂ ਦਾ ਅੰਦਾਜ਼ਾ ਲਾਓ, ਮਹੀਨਾ ਕਿੰਨਾ ਵੱਡਾ ਹੋਊ, ਤੇ ਕਿੰਨੇ 100 ਸਾਲ ਬ੍ਰਹਮਾ ਦੀ ਉਮਰ ਹੈ, ਹਾਂਜੀ। ਮੁਝ ਦੇਖਤ ਕੇਤੇ ਬਿਦ ਮਰੇ, ਪਰ ਕਹਿੰਦੇ ਗੱਲ ਧਿਆਨ ਨਾਲ ਸੁਣ ਲਓ, ਮੇਰੇ ਵਹਿੰਦਿਆਂ ਵਹਿੰਦਿਆਂ ਕਈ ਬ੍ਰਹਮਾ ਪੈਦਾ ਹੋਏ ਤੇ ਕਈ ਚਾਲਾਂ ਮਾਰ ਕੇ, ਕਹਿੰਦੇ ਤੁਸੀਂ ਹੁਣ ਅੰਦਾਜ਼ਾ ਲਾ ਲਓ ਆਪੇ, ਗੱਜ ਕੇ ਆਖੋ, ਸਮਝਾਉਣ ਮਾਤਰ ਉਹਨਾਂ ਨੇ ਆਖਿਆ, ਉਂਝ ਉਹਨਾਂ ਮਰਦਾਨਾ ਜੀ ਨੂੰ ਕਿਹਾ ਵੀ ਮਰਦਾਨਿਆ ਮੈਂ ਤੈਨੂੰ ਦੱਸ ਨਹੀਂ ਸਕਦਾ ਵੀ ਉਮਰ ਕਿੰਨੀ ਹੋ ਗਈ ਹੈ, ਤੈਨੂੰ ਦੱਸ ਨਹੀਂ ਸਕਦਾ, ਹੁਣ ਬਾਣੀ ਦੇ ਅਰਥ ਕਰਨੇ ਹੋਣ, ਜੇ ਯੁੱਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਹੁਣ ਜੇ ਯੁੱਗ ਚਾਰੇ ਆਰ ਜਾ ਹੋਰ ਦਸੋ, ਉੱਥੇ ਤਾਂ 40 ਯੁੱਗਾਂ ਦੀ ਗੱਲ ਹੈ ਬਸ, ਤੇ ਇੱਧਰ ਤੇ ਹਿਸਾਬ ਕਿਤਾਬ ਹੀ ਨਹੀਂ ਹੈਗਾ ਕੋਈ ਜੀ, ਕਹਿੰਦੇ ਮੇਰੇ ਸਾਹਮਣੇ ਇਹੋ ਜਿਹੇ ਕਈ ਬ੍ਰਹਮਾ ਪੈਦਾ ਹੋਏ ਤੇ ਮਰ ਗਏ, ਹਾਂਜੀ, ਕਈ ਵਾਰ ਜਗ ਪਰਲੈ ਕਰੇ, ਕਈ ਵਾਰੀ ਜਗਤ ਬਣਿਆ ਤੇ ਕਈ ਵਾਰੀ ਖਤਮ ਹੋਇਆ ਜੀ, ਕਈ ਵਾਰੀ ਜਗਤ ਵਿੱਚ ਪਰਲਾ ਪਰਲੋ ਆਈ, ਸੁਖਮਣੀ ਸਾਹਿਬ ਚ ਮਹਾਰਾਜ ਕਹਿੰਦੇ ਕਈ ਵਾਰ ਪਸਰਿਓ ਪਸਾਰਾ, ਸਦਾ ਸਦਾ ਇੱਕ ਇੱਕ ਅੰਕਾਰਾ, ਮੇਰੇ ਸਾਹਮਣੇ ਹੀ ਹੋਇਆ ਸਾਰਾ ਕੁਛ, ਹਾਂਜੀ। ਪੁਨ ਬਿਦ ਜਨਮ ਜਗਤ ਉਪਜਾਵੇ, ਫਿਰ ਬ੍ਰਹਮਾ ਜਨਮ ਲੈ ਕੇ ਧਰਤੀ ਨੂੰ ਸਾਜਣ ਲੱਗ ਪੈਂਦੇ, ਕਈ ਬ੍ਰਹਮੇ ਕੋਟ ਬ੍ਰਹਮੇ ਜਗ ਸਾਜਣ ਲਾਏ, ਮਹਾਰਾਜ ਬਾਣੀ ਚ ਕਹਿੰਦੇ, ਹਾਂਜੀ। ਜੜ ਜੰਗਮ ਸੁਰ ਅਸੁਰ ਬਣਾਵੇ, ਫਿਰ ਜੜ ਜੰਗਮ ਦੇਵਤੇ ਰਾਕਸ਼ਸ ਦੈਂਤ ਸਭ ਕੁਝ ਫਿਰ ਬਣ ਜਾਂਦਾ, ਕਈ ਬਾਸ ਪਰਸਿਓ ਪਾਸਾਰਾ, ਹਾਂਜੀ। ਨਾਨਾ ਬਿਦਕੀ ਰਚਨ ਰਚਾਏ, ਕਈ ਤਰ੍ਹਾਂ ਦੀ ਰਚਨਾ ਮੇਰੇ ਸਾਹਮਣੇ ਰੱਬ ਨੇ ਬੜੀ ਵਾਰੀ ਬਣਾਈ ਹੈ, ਹਾਂਜੀ। ਐਸੇ ਬਿਦ ਬਿਨਸੈ ਉਪਜਾਏ, ਤੇ ਕਈ ਵਾਰੀ ਦੁਨੀਆਂ ਉਪਜੀ ਹੋ ਤੇ ਕਈ ਵਾਰੀ ਮੇਰੇ ਸਾਹਮਣੇ ਨਾਸ ਹੋਈ ਹੋ, ਹਾਂਜੀ। ਹਮਰੇ ਦੇਖਤ ਕੇਤੇ ਗਏ, ਮੇਰੇ ਵਹਿੰਦਿਆਂ ਵਹਿੰਦਿਆਂ ਕਈ ਚਲੇ ਗਏ, ਰਾਮ ਕ੍ਰਿਸ਼ਨ ਦੇ ਅਵਤਾਰ ਕਈ ਗਏ ਮੇਰੇ ਵਹਿੰਦਿਆਂ ਵਹਿੰਦਿਆਂ, ਹਾਂਜੀ। ਬਾਹਰ ਬਾਹਰ ਜਗ ਉਪਜਿਤ ਭਏ, ਫਿਰ ਪੈਦਾ ਹੁੰਦੇ ਆ ਜਗਤ, ਫਿਰ ਖਤਮ ਹੁੰਦਾ, ਫਿਰ ਆ ਜਾਂਦੇ ਆ, ਫਿਰ ਜਗਤ ਖਤਮ ਹੋ ਜਾਂਦਾ, ਹਾਂਜੀ। ਬੈਠ ਇਹਾ ਮੈਂ ਹਰ ਗੁਣ ਗਾਵਾਂ, ਪਰ ਮੈਂ ਕਿਉਂ ਬੈਠਾ, ਰੱਬ ਦੇ ਗੁਣਾਂ ਦੀ ਤਾਕਤ ਕਰਕੇ ਬੈਠਾ, ਕਹਿੰਦੇ ਮੈਂ ਇੱਥੇ ਬੈਠਾ ਬਸ ਵਾਹਿਗੁਰੂ ਦੇ ਗੁਣੀ ਗਾਉਣਾ, ਗੁਣੀ ਗਾਉਣਾ। ਉਹ ਤੁਸੀਂ ਕਥਾ ਦੀ ਆਰੰਭਤਾ ਤੇ ਬੇਨਤੀ ਸੁਣੀ, ਇਹ ਮਹਾਰਾਜ ਉਸ ਲੋਕ ਚ ਗਏ ਜਿੱਥੇ ਬੰਦੇ ਦੀ ਪਹੁੰਚ ਨਹੀਂ ਹੈਗੀ ਜੀ, ਕਹਿੰਦੇ ਮੈਂ ਇੱਥੇ ਬੈਠੇ ਨਾ ਰੱਬ ਦੇ ਗੁਣ ਹੀ ਗਾਉਂਦਾ ਬਸ, ਹਾਂਜੀ।
ਧਿਆਨ ਧਰੋ ਔਰ ਬਹੁ ਸੁਖ ਪਾਵੋ। ਪਰਮੇਸ਼ਰ ਦਾ ਧਿਆਨ ਧਾਰ ਕੇ ਤੇ ਹਿਰਦੇ ਚ ਸੁਖ ਪਾਉਂਦਾ ਰਹਿਣਾ। ਹਾਂਜੀ, ਦੋਹਰਾ ਮਰਦਾਨਾ ਬਿਸਮਿਓ ਸੁਨਤ ਤੂਸ਼ਨ ਭਾਤੇ ਕਾਲ। ਮਰਦਾਨਾ ਜੀ ਤੇ ਚੁੱਪ ਹੀ ਰਹਿ ਗਏ ਜੀ, ਕੱਚ ਕੇ ਆਖੋ ਵਾਹਿਗੁਰੂ। ਇੰਨੀ ਲੰਮੀ ਉਮਰ ਤੇ ਹਿਸਾਬ ਕਿਤਾਬ ਹੀ ਨਹੀਂ ਲਾਇਆ ਜਾਣਾ ਕਹਿੰਦੇ ਮੇਰੇ ਕੋਲੋਂ। ਚੱਲ ਦੋ ਚਾਰ ਬ੍ਰਹਮੇ ਹੋਣ ਤਾਂ ਲਾ ਲਈਏ ਹਿਸਾਬ ਕਿਤਾਬ, ਇੱਥੇ ਤਾਂ ਕਈ ਬ੍ਰਹਮੇ ਆ ਗਏ ਤੇ ਕਈ ਚਲੇ ਗਏ। ਮਰਦਾਨਾ ਜੀ ਤੇ ਚੁੱਪ ਹੀ ਹੋ ਗਏ। ਹਾਂਜੀ, ਬੂਜਨ ਹਿਤ ਮੈਂ ਬੋਲਿਓ ਸੁਨ ਸ਼੍ਰੀ ਅੰਗਦ ਦਿਆਲ। ਤੇ ਭਾਈ ਬਾਲਾ ਜੀ ਫਿਰ ਲਾਗੋਂ ਬੋਲੇ ਜੀ। ਹਾਂਜੀ, ਹਰ ਭਗਤਨ ਕਹਿ ਬਿਖੈ ਮਹਾਨੇ। ਕਹਿੰਦੇ ਰਿਸ਼ੀ ਜੀ, ਇਹਦਾ ਮਤਲਬ ਵੀ ਰੱਬ ਦੇ ਭਗਤਾਂ ਵਿੱਚੋਂ ਤੁਸੀਂ ਬਹੁਤ ਮਹਾਨ ਭਗਤ ਹੋ। ਹਾਂਜੀ, ਮੋਹ ਨਾਸ਼ ਭਾ ਆਤਮ ਗਿਆਨੇ। ਸਭ ਮੋਹ ਨਾਸ਼ ਹੋਇਆ, ਤੁਹਾਨੂੰ ਰੱਤੀ ਭਰ ਨਹੀਂ ਹੈ। ਕਈ ਵਾਰੀ ਦੁਨੀਆਂ ਬਣੀ ਨਾਸ਼ ਹੋ ਗਈ, ਤੁਸੀਂ ਤੇ ਬ੍ਰਹਮ ਗਿਆਨੀ ਹੋ। ਹਾਂਜੀ, ਸਭ ਵਿਦ ਸਭ ਮਹਿ ਦੀਰਘ ਤੁਮ ਹੋ। ਹਰ ਪ੍ਰਕਾਰ ਨਾਲ ਤੁਸੀਂ ਵੱਡੇ ਹੋ, ਵੱਡੇ। ਹਾਂਜੀ, ਕੈਸੇ ਪ੍ਰਾਪਤ ਕਾਕ ਜਨਮ ਹੋ। ਪਰ ਫਿਰ ਵੀ ਸਰੀਰ ਜਿਹੜਾ ਜਨਮ ਜਿਹੜਾ ਕਾਵਾਂ ਵਾਲਾ ਤੁਹਾਡਾ, ਇਹਦਾ ਕੀ ਕਾਰਨ ਹੈ? ਹਾਂਜੀ, ਮੁਝ ਮਨ ਵਿਖਿਆ ਸੰਦੇਹ ਮਹਾਨਾ। ਮੇਰੇ ਮਨ ਵਿੱਚ ਸ਼ੱਕ ਹੈ, ਮੇਰੇ ਮਨ 'ਚ ਸ਼ੰਕਾ ਆ ਗਿਆ, ਇਹ ਕਿਹੋ ਜਿਹਾ ਸਰੀਰ ਆਪ ਜੀ ਦਾ? ਹਾਂਜੀ, ਉੱਤਰ ਦੀਜੈ ਭੋ ਗੁਣਵਾਨਾ। ਤੇ ਗੁਣਵਾਨ ਆਪ ਜੀ ਬਹੁਤ ਹੋ, ਕਿਰਪਾ ਕਰੋ ਤੇ ਮੈਨੂੰ ਉੱਤਰ ਦਿਓ। ਹਾਂਜੀ, ਬਾਨੀ ਕਾਕ ਪਸੁੰਡ ਅਲਾਈ। ਹਾਂਜੀ, ਸੁਣ ਜਿਉਂ ਬਾਇਸ ਦੇਹੀ ਪਾਹੀ। ਕਹਿੰਦੇ ਫਿਰ ਸੁਣ ਲਾ ਵੀ ਮੈਂ ਇਹ ਸਰੀਰ ਕਿਵੇਂ ਪ੍ਰਾਪਤ ਕੀਤਾ, ਉਹ ਕਥਾ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨੇ, ਰੱਬ ਦੀਆਂ ਖੇਡਾਂ ਨੇ ਜੀ। ਧਰਤੀ ਹੋਰ ਪਰ ਹੋਰ ਹੋਰ, ਮਹਾਰਾਜ ਬਾਣੀ 'ਚ ਕਹਿੰਦੇ ਕਹਿੰਦੇ ਇੱਥੇ ਹੋ ਰਿਹਾ, ਹੋ ਰਿਹਾ, ਹੋ ਰਿਹਾ, ਹੋਰ ਦਾ ਅੰਤ ਥੋੜ੍ਹੀ ਹੁੰਦਾ ਜੀ, ਹੋਰ ਦਾ ਅੰਤ ਨਹੀਂ ਹੁੰਦਾ ਜੀ। ਹਾਂਜੀ, ਇੱਕ ਬੰਦਾ ਬੈਠਾ ਗੱਲਾਂ ਕਰਨ ਲੱਗਾ ਜੀ, ਅਤੇ ਕਹਿੰਦਾ ਜੀ ਹੋਰ ਗੱਲ ਸੁਣਾ। ਉਹਨੇ ਇੱਕ ਅੱਧੀ ਹੋਰ ਸੁਣਾ ਤੀ, ਉਹਨੇ ਉਹ ਸੁਣਾ ਕੇ ਚੁੱਪ ਹੋਇਆ, ਕਹਿੰਦਾ ਹੋਰ ਸੁਣਾ, ਉਹ ਵੀ ਸੁਣਾ ਤਾ, ਫਿਰ ਚੁੱਪ, ਕਹਿੰਦਾ ਹੋਰ ਸੁਣਾ। ਉਹ ਸੋਚੇ ਵੀ ਹੋਰ ਤੇ ਮੁੱਕਣਾ ਹੀ ਨਹੀਂ, ਕਹਿੰਦਾ ਅੰਬ, ਕਹਿੰਦਾ ਹੋਰ ਸੁਣਾ, ਉਹ ਕਹਿੰਦਾ ਅੰਬ, ਗੱਜ ਕੇ ਆਖੋ, ਕਹਿੰਦਾ ਹੋਰ ਸੁਣਾ, ਕਹਿੰਦਾ ਅੰਬ, ਕਹਿੰਦਾ ਹੋਰ, ਕਹਿੰਦਾ ਅੰਬ, ਕਹਿੰਦਾ ਕੀ ਗੱਲ, ਕਹਿੰਦਾ ਤੇਰਾ ਹੋਰ ਨਹੀਂ ਮੁੱਕਣਾ, ਮੇਰਾ ਅੰਬ ਨਹੀਂ ਮੁੱਕਣਾ, ਗੱਜ ਕੇ ਆਖੋ। ਇੱਦਾਂ ਹੀ ਰੱਬ ਦੀ ਰਚਨਾ ਹੈ, ਇੱਦਾਂ ਹੀ ਰੱਬ ਦੀ ਰਚਨਾ ਹੈ। ਇੱਥੇ ਹੋਰ ਹੈ, ਉਹਦੇ ਤੋਂ ਅੱਗੇ ਹੋਰ ਹੈ, ਉਹਦੇ ਤੋਂ ਅੱਗੇ ਹੋਰ ਹੈ, ਉਹਦੇ ਤੋਂ ਅੱਗੇ ਹੋਰ ਹੈ। ਇਹ ਪਰਮੇਸ਼ਰ ਦੀ ਰਚਨਾ ਬੜੀ ਬੇਅੰਤ ਹੈ, ਅੰਤ ਨਹੀਂ ਹੈ। ਸੋ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਮਹਾਰਾਜ ਉਹਨਾਂ ਸਥਾਨਾਂ 'ਤੇ ਜਾ ਰਹੇ ਹੈ ਜਿਨ੍ਹਾਂ ਦਾ ਮਹਾਰਾਜ ਨੂੰ ਹੀ ਪਤਾ ਹੈ ਬਸ। ਸੋ ਆਪਾਂ ਹੌਲੀ ਹੌਲੀ ਕਥਾ ਸੁਣੀ ਚੱਲਾਂਗੇ ਪ੍ਰੇਮ ਨਾਲ, ਗੱਜ ਕੇ ਕਹੋ ਵਾਹੇ ਗੁਰੂ ਜਪ, ਵਾਹੇ ਗੁਰੂ, ਵਾਹੇ ਗੁਰੂ ਜਪ, ਵਾਹੇ ਗੁਰੂ, ਵਾਹੇ ਗੁਰੂ ਜਪ, ਵਾਹੇ ਗੁਰੂ। ਜਪ ਵਾਹੇ ਗੁਰੂ, ਗੱਜ ਕੇ ਜਪ ਵਾਹੇ ਗੁਰੂ, 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 ਵਾਹਿਗੁਰੂ, 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 ਵਾਹਿਗੁਰੂ।
ਵਾਹਿਗੁਰੂ 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 ਜਪ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।